ਸੋ ਮਹਲਾਲ ਪੰਜਵੋ ਤੀਰਥ ਜਾਉ ਤਾ ਹੋ ਕਰਤੇ ਪੰਡਤ ਪੂਚੋ ਤਾ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਕਾਦਰ ਘਾਦਰ ਕੀਰਤਨ ਨੀਤਾਂ ਗਾਉ ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਅਪਦੇਸ਼ ਬਖਸ਼ ਦੇ ਨੀ ਰੱਬ ਦੀ ਜਨ ਸੰਤਾਂ ਪ੍ਰਤੀ ਜਿਗਿਆਸੂ ਦੀ ਬੇਨਤੀ ਰੂਪ ਕਥਨ ਕਰਦੇ ਨੇ ਤੀਰਥ ਜਾਓ ਤਾਂ ਹਉ ਹਉ ਕਰਤੇ ਪੰਡਤ ਪੁੱਛੋ ਤਾਂ ਮਾਇਆ ਰਾਤੇ ਤੀਰਥਾਂ ਪੜ ਜਾਈਏ ਰਟਨ ਕਰੀਏ ਤਾਂ ਤੀਰਥਾਂ ਦੇ ਵਾਸੀ ਮੈਂ ਵੱਡਾ ਖਾਂ ਮੈਂ ਵੱਡਾ ਖਾਂ ਇੰਜ ਕਰਦੇ ਦਿਖਲਾਈ ਦਿੰਦੇ ਜੋ 30 ਤੇ ਰਹਿਣ ਵਾਲੇ ਵਾਸੀ ਨੇ ਜੋ ਪੰਡਤਾਂ ਤੋਂ ਪੁੱਛੀਏ ਬ੍ਰਹਮਣਾਂ ਤੋਂ ਪੁੱਛੀਏ ਤਾਂ ਪੰਡਤ ਮਾਇਆ ਵਿੱਚ ਪ੍ਰੀਤਵਾਨ ਹੋ ਰਹੇ ਨੇ ਬੜੀ ਪ੍ਰੀਤੀ ਪੰਡਤਾਂ ਦੀ ਮਾਇਆ ਵਿੱਚ ਹੈ ਸੋ ਅਸਥਾਨ ਬਤਾਵੋ ਮੀਤਾ جا ਕੇ ਹਰ ਖਰ ਖਿਰਤੈ ਨਾਮੀ ਤੋ ਦਾਉ ਖੇ ਮਿੱਤਰ ਸੰਤੋ ਸੁਅਸਥਾਨ ਮੈਨੂੰ ਦਸੋ ਰੱਬ ਦੇ ਜਨੋ ਜਿਸ ਅਸਥਾਨ ਦੇ ਵਿਖੇ ਖਰੀਦਾ ਨਾਮ ਪਰਮੇਸ਼ਰ ਦੀ ਬੰਦਗੀ ਦਾ ਜਾਪ ਖਰੀਦਾ ਜਸਨਾਪ ਰਤੀ ਹੁੰਦਾ ਉਹ ਸਥਾਨ ਮੈਨੂੰ ਦੱਸੋ ਰੱਬ ਦੇ ਜਨਾਂ ਤੋਂ ਜਗਿਆਸੂ ਪੁੱਛਦਾ ਹੈ ਸੋ ਆ ਸਥਾਨ ਬਤਾਓ ਬੀਤਾ ਕੇ ਮੇਰੇ ਮਿੱਤਰ ਸੰਤੋ ਮੈਨੂੰ ਉਹ ਸਥਾਨ ਦੱਸੋ ਜਿੱਥੇ ਪਰਮੇਸ਼ਰ ਦੀ ਬੰਦਗੀ ਭਗਤੀ ਹੋਵੇ ਗਰੀਦਾ ਕੀਰਤਨ ਹੋਵੇ ਸਾਸਤਰ ਵੇਦ ਪਾਪ ਭੁਨ ਵਿਚਾਰ ਨਰਕ ਸੁਰਗ ਫਿਰ ਫਿਰ ਆਉਤਾ ਚਾਰੇ ਵੇ 6 ਸ਼ਸਤਰ ਦਚਾਰੀਏ ਦੇਖੀਏ ਤੋ ਤਿਨਾਂ ਵਿੱਚ ਪੁੰਨ ਪਾਪ ਦਾ ਵਿਚਾਰ ਲਿਖਿਆ ਹੈ ਸ਼ਸਤਰਾਂ ਵਿੱਚ ਵੇਦਾਂ ਵਿੱਚ ਕਿ ਪੁੰਨ ਕੀਤੇ ਇਹ ਫਲ ਹੈ ਪਾਪ ਕੀਤੇ ਇਹ ਫਲ ਹੈ ਤិន ਕਰਮਾ ਕਰਕੇ ਵਾਰੰਗ ਵਾਰ ਨਰਕ ਸਵਰਗ ਵਿੱਚ ਅਵਤਾਰ ਹੁੰਦਾ ਭਾਵ ਜਨਮ ਹੁੰਦਾ ਇਹ ਵੇਦਾਂ ਵਿੱਚ ਸਤਰਾਂ ਵਿੱਚ ਇਹ ਜ਼ਿਕਰ ਹੈ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ ਕਦਮ ਕਦ ਤ ਜੀ ਕੋਜ ਜਾਦ ਗ੍ਰਸਤ ਕਰੀਏ ਤੋਂ ਚਿੰਤਾ ਰਹਿੰਦੀ ਹੈ ਉਦਾਸੀ ਬਣ ਜਾਈਏ ਤੋਂ ਹੰਕਾਰ ਵੱਧ ਜਾਂਦਾ ਹੈ ਹੰਕਾਰੀ ਹੋ ਜਾਂਦੇ ਨਹੀਂ ਕਿ ਅਸੀਂ ਉਦਾਸੀ ਖਾਂ ਇੰਗ੍ਰੇਸ ਤੋਂ ਬਾਅਦ ਦੇ ਵਿੱਚ ਤੇ ਚਿੰਤਾ ਚਿੰਤਾ ਚੇਖਾ ਸਮਾਂ ਤੇ ਮਨੁੱਖ ਅਤ ਦਾ ਚਿੰਤਾ ਤਰ ਦੁਖੀ ਜੇ ਉਦਾਸੀ ਬਣ ਜਾਈਏ ਤਾਂ ਹੰਕਾਰ ਵੱਧਦਾ ਕਰਮ ਕਰਿਆ ਸੇ ਜੀਵ ਨੂੰ ਬੰਧਨ ਹੀ ਪੈਂਦੇ ਨੇ ਜਿਗਿਆਸੂ ਸੰਤਾਂਗੇ ਬੇਨਤੀਆਂ ਕਰਦਾ ਖੇ ਇਹ ਕਰਮ ਕਰਿਆ ਇਸ ਮਨੁੱਖ ਜੀਵ ਨੂੰ ਬੰਧਨ ਪੈਂਦੇ ਨੇ ਦੇ ਰੱਬ ਦੇ ਜਨ ਕੀ ਬਚਨ ਕਹਿੰਦੇ ਨੇ ਪ੍ਰਭ ਕੈ ਰਪਾਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸੰਤ ਕਹਿੰਦੇ ਨੇ हे ਭਾਈ ਪ੍ਰਭ ਅਕਾਲ ਪੁਰਖ ਦੀ ਕਿਰਪਾ ਜਿਨ੍ਹਾਂ ਜਗਿਆਸੂਆਂ ਤੇ ਗੁਰਮੁਖਾਂ ਤੇ ਹੋ ਗਏ ਜਿਸ ਦਾ ਮਨ ਫਿਰ ਵਸ ਵਿੱਚ ਆ ਗਿਆ ਜੋ ਅਮੋੜ ਸੀ ਮਨ ਉਹ ਮਨ ਸੱਚੇ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਜੁੜ ਗਿਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਇਹ ਮਾਇਆ ਮਾਇਕ ਪਦਾਰਥ ਤਿਨ ਗੁਰਮੁਖਾਂ ਦੇ ਮਾਇਆ ਰੂਪ ਨਦੀ ਨੂੰ ਤਰਲੇ ਕੋਈ ਮੋਹ ਨਹੀਂ ਉਹਨਾਂ ਦਾ ਮਾਇਆ ਪਦਾਰਥਾਂ ਨਾਲ ਪ੍ਰਭਤਾ ਨਾਲ ਉਹ ਰੱਤੇ ਨਹੀਂ ਪ੍ਰਭੂ ਦੀ ਯਾਦ ਚਿੰਤਨ ਦੇ ਵਿੱਚ ਸਾਧ ਸੰਗ ਹਰ ਕੀਰਤਨ ਗਾਈਏ ਇਹੋ ਅਸਥਾਨ ਗੁਰੂ ਤੇ ਪਾਈਏ ਆਉ ਦੂਜਾ ਸਤ ਸੰਗ ਜਿੱਥੇ ਸਤ ਦਾ ਸੰਗ ਸਤ ਪੁਰਸ਼ਾਂ ਦੀ ਸਹਬਤ ਪਰਮੇਸ਼ਰ ਦੇ ਗੁਣ ਗਾਈਏ ਕੀਰਤਨ ਗਾਈਏ ਤੰਤੂਏ ਸਾਧਾ ਰੂਪੀ ਅਸਥਾਨ ਪੂਜ ਪਰਮੇਸ਼ਰ ਦੀ ਕਿਰਪਾ ਨਾਲ ਮਿਲਦਾ ਇੰਜ ਨਹੀਂ ਮਿਲਦਾ ਸਾਧੂ ਦਾ ਸੰਗ ਇਹ ਵਾਹੀ ਗੁਰੂ ਦੀ ਕਿਰਪਾ ਬਖਸ਼ਿਸ਼ ਤੇ ਹੀ ਮਿਲਦਾ ਹੈ ਸਾਧ ਸੰਗ ਖੜ ਕੀਰਤਨ ਗਾਈ ਹੈ ਇਹੋ ਅਸਥਾਨ ਗੁਰੂ ਤੇ ਹੀ ਪਾਈ ਹੈ ਆਸਾ ਮਗਲ ਲਾ ਉਤੰਜਵਾ ਕਦਮ ਹੈ ਸੁਖ ਵਾਹਰ ਭੁਨ ਸੁਖਾ ਕਾਦਰ ਸਿਮਰਤ ਸਗਲ ਬਨਾਸੇ ਦੁਖੋਂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ ਪਰੀ ਪੂਰਨ ਪ੍ਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਹੋਏ ਕਰ ਮੈਂ ਸੂਖ ਬਾਹਰ ਫੁਨ ਸੁਖਾ ਖਦ ਸਿੰਮਦਤ ਸਗਲ ਬਨਾਸੇ ਦੁਖਾ ਕੀ ਮੇਰੀ ಪರಿਪੂਰਨ ਪਰਮਾਤਮਾ ਜੋ ਆਬਦਾ ਨਾਮ ਜੋ ਤੇਰੀ ਬੰਦਗੀ ਆਵਾਦਤ ਤੇਰੀ ਨਾਮ ਨੂੰ ਜਪਦੇ ਹਾਂ ਜਿਸਨੁਕਰ ਵਿੱਚ ਵੀ ਸੁਖ ਬਹੁਤੋ ਬਾਹਰ ਵੀ ਸੁਖ ਜੋ ਤੇਰੇ ਨਾਮ ਨੂੰ ਜਪਦੇ ਨੇ ਉਨ੍ਹਾਂ ਦੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ ਕਿਉਂਕਿ ਆਪ ਦੇ ਸਿਮਰਨ ਆਪ ਦੀ ਬੰਦਗੀ ਭਗਤੀ ਦੇ ਕਰਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਡੇਗ ਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਿੜਾਇਆ ਕੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਗਲ ਸੂਕ ਜਾਂ ਤੂੰ ਚੇਤੇ ਆਵੇਂ ਸੁਨਾਮ ਜਪ ਜੋ ਜਨ ਤਦ ਪਾਵੇਂ ਆਉ ਖੀਬੀ ਗੁਰੂ ਨਾਨਕ ਤੂੰ ਜਿਸ ਦੇ ਚਿੱਤ ਵਿੱਚ ਆਉਂਦਾ ਜੋ ਤੇਰੀ ਯਾਦ ਵਿੱਚ ਜੁੜਦਾ ਤੈਨੂੰ ਜਪਦਾ ਹੈ ਤੈਨੂੰ ਸਾਰੇ ਸੁੱਖ ਮਿਲ ਜਾਂਦੇ ਨੇ ਜੋ ਦਾਸ ਤੈਨੂੰ ਪੌਂਦਾ ਤੈਨੂੰ ਪਿਆਰਾ ਸੋਈ ਤੇਰਾ ਨਾਮ ਜਪਦਾ ਹੈ ਤਨ ਮਨ ਸੀਤਲ ਜਪਨਾ ਨਾਮ ਤੇਰਾ ਹਾਜ਼ ਹਾਜ਼ ਜਪਤ ਢਹ ਦੁਖ ਢੇਰਾ ਤੇਰਾ ਨਾਮ ਸਿਮਰਨ ਕਰਿਆਂ ਮਨ ਤੇ ਤਨ ਸੀਤਲ ਹੋ ਜਾਂਦਾ ਹੈ ਵਾਹੀ ਗੁਰੂ ਦੇ ਜਾਪ ਕਰਿਆਂ ਦੁੱਖਾਂ ਦਾ ਸਥਾਨ ਕਿਹੜਾ ਹੈ ਅਗਿਆਨ ਅਵਿਦਿਆ ਇਹ ਦੁੱਖਾਂ ਦਾ ਸਥਾਨ ਹੈ ਨਾਸ ਹੋ ਜਾਂਦਾ ਜਦੋਂ ਅਗਿਆਨ ਦਾ ਨਾਸ ਹੋਇਆ ਅਵਿਦਿਆ ਦਾ ਨਾਸ ਹੋ ਗਿਆ ਤੇ ਮਨੁੱਖ ਪ੍ਰਕਾਸ਼ ਚੰਨਣ ਵਿੱਚ ਆ ਜਾਂਦਾ ਹੈ ਦੁੱਖ ਦੁੱਖ ਵੀ ਵਰਤੀਤ ਨਹੀਂ ਹੁੰਦਾ ਕਿਉਂਕਿ ਗਿਆਨ ਹੋ ਗਿਆ ਸੂਝੀ ਆ ਗਈ ਤਨ ਮਨ ਸ਼ੀਤਲ ਜਪ ਨਾਮ ਤੇਰਾ ਖਾਦ ਖਾ ਤੇ ਜਪ ਤ ਠਹਿ ਦੁਖ ਡੇਰਾ ਦੁਖਾਂ ਦਾ ਡੇਰਾ ਮਨੋਂ ਅਗਿਆਨ ਅਵਿਧਿਆ ਦਾ ਨਾਸ ਹੋ ਗਿਆ ਗਿਆਨ ਦਾ ਪ੍ਰਕਾਸ਼ ਹੋ ਗਿਆ ਖੋਕਾ ਮਬੂਜੈ ਸੋਈ ਪਰਵਾਨ ਸਾਚ ਸਬਦ ਜਾ ਕਾਨੀ ਸਾਨ ਜਿਸ ਪਾਸ ਸੱਚੇ ਨਾਮ ਦਾ ਪਰਵਾਨਾ ਹੈ ਪਾਸ ਜਿਵੇਂ ਧੰ ਧਨ ਵੈਸ ਸਿੰਘ ਮਹਾਰਾਜ ਜੀ ਨੇ ਬਖਸ਼ਾ ਕਰਦੀਏ ਪਾਸ ਜਿਨ੍ਹਾਂ ਦੇ ਪਾਸ ਹੈ ਇਹ ਦਰਗਾਹ ਦੀ ਵਿਕਟ ਹੈ ਸੱਚੇ ਨਾਮ ਦਾ ਪਰਵਾਨਾ ਪਾਸ ਹੈ ਹੁਕਮ ਬੁੱਝੈ ਸੋਈ ਪ੍ਰਵਾਨ ਸਾਚ ਸ਼ਬਦ ਜਾਗਾ ਨਹੀਂ ਸੰਤ ਇਹ ਪਰਮੇਸ਼ਰ ਮੇਰੇ ਵਾਹੀ ਗੁਰੂ ਉਹ ਆਪ ਦਾ ਹੁਕਮ ਬੁੱਝਦਾ ਉਹ ਪ੍ਰਵਾਣ ਹੋ ਜਾਂਦਾ। ਯੋਕੇ ਨਾਮ ਨੂੰ ਜਪਿਆ ਹੈ। ਯੋਕੇ ਤੇਰਾ ਨਾਮ ਹੀ ਨਾਲ ਜਾਣਾ ਹੈ। ਖੋਦ ਕੁਝ ਵੀ ਨਹੀਂ। ਨਾਮ ਨੇ ਹੀ ਪੈਜ ਪ੍ਰਤੀਗਿਆ ਰੱਖਣੀ ਹੈ। ਕੈਸਾ ਨਾਮ ਪਰਮੇਸ਼ਰ ਦਾ? ਜਿਸ ਨਾਮ ਨੂੰ ਜਪਿਆ ਲੋਕ ਵੀ ਸੁਹਿਲਾ ਪਰਲੋਕ ਵੀ ਸੁਹਿਲਾ ਐਸਾ ਨਾਮ ਗੁਰਪੁਰ ਹੈ ਖੜੇ ਨਾਮ ਦੇ ਦੇੜਾਇ ਭਨਤ ਨਾਨਕ ਮੇਰੇ ਮਨ ਸੁਖ ਵਾਇਆ ਕੀ ਮਿਰੀ ਗੁਰੂ ਨਾਨਕ ਇਹ ਨਾਮ ਤੇਰਾ ਤੇਰੀ ਬੰਦਗੀ ਪੂਰੇ ਗੁਰੂ ਨੇ ਚਿੰਤਨ ਕਰਾਈ ਹੈ ਨਾਮ ਜਪਣ ਲਾਇਆ ਇਹ ਤੇਰੀ ਬਖਸ਼ਿਸ਼ ਹੋਈ ਬ੍ਰਹਮ ਸਦੋਤ ਦੀ ਬ੍ਰਹਮ ਦੇਤੀ ਗੁਰੂ ਮਲਾ ਦਿੱਤਾ ਤੇਰੇ ਨਾਮ ਨਾਲ ਜੋੜ ਦਿੱਤਾ ਕਿਰਪਾ ਤੇਰੀ ਹੈ ਗੋਦਪੂਰ ਹੈ ਖਦ ਨਾਮ ਹੰਦਰਾਇਆ ਕਿਉਂਕਿ ਨਾਮ ਦੀ ਬਖਸ਼ਿਸ਼ ਪੂਰੇ ਗੁਰੂ ਤੋਂ ਮਿਲਦੀ ਹੈ ਗੁਰੂ ਨੂੰ ਵੀ ਮੇਰਾ ਵਾਹਿਗੁਰੂ ਮਲਾਵੇ ਤਾਂ ਮਿਲਦਾ ਬਨਤ ਨਾਨਕ ਬੀਰੈ ਮਨ ਸੁਖ ਪਾਇਆ ਤਬ ਹੀ ਮੇਰੇ ਵਾਹੇ ਗੁਰੂ ਮੇਰੇ ਮਨ ਨੇ ਸੁਖ ਆਨੰਦ ਪਾਇਆ ਆਸਾ ਮਘਲਾ ਉਪੰਜੋਬਾ ਜਾਪਿ ਠਾਵੋ ਤਹ ਤਹ ਜਾਈ ਜੋ ਤੁਮ ਦੇਹੁ ਸੋਈ ਸੁਖ ਪਾਈ ਕੀਂ ਵੀ ਦੀ ਪਰਵਰਗਾ ਜਿੱਥੇ ਜਿੱਥੇ ਤੂੰ ਭੇਜੇ ਉੱਥੇ ਅਸੀਂ ਜਾਂਦੇ ਹਾਂ ਜੋ ਤੁਸੀਂ ਵਕਸ਼ ਦਿੰਦੇ ਹੋ ਤਿਸ ਵਿੱਚ ਅਸੀਂ ਸੁੱਖ ਨੂੰ ਪ੍ਰਾਪਤ ਹੁੰਦੇ ਹਾਂ ਜਾਂ ਪਟਾ ਪਠਾਵ ਹੋ ਤਹ ਤਹ ਜਾਈ ਕਿਉਂਕਿ ਹੁਕਮੀ ਬੰਦੇ ਹਾਂ ਤੇਰੀ ਹੁਕਮ ਦੇ ਵਿੱਚ ਬੰਦੇ ਹੋਏ ਹਾਂ ਅਸੀਂ ਕੁਝ ਵੀ ਕਰਨ ਨੂੰ ਸਮਰਥ ਨਹੀਂ ਵਿਭਗਤ ਕਵੀ ਜੀ ਮਹਾਰਾਜ ਜੀ ਨੇ ਪਾਵਨ ਵਚਨ ਕਹੇ ਦੇ ਤੈਸੀ ਰਾਜੇ ਨੂੰ ਰਾਜਨ ਮਹਤਾ ਰਾਮ ਦਾ ਕੂਕਰ ਖਾਂ ਮੋਤੀ ਮੇਰਾ ਨਾਮ ਹੈ ਮੇਰੇ ਹੱਥ ਬਸ ਵਿੱਚ ਕੁਝ ਵੀ ਨਹੀਂ ਗਲੇ ਵਿੱਚ ਜੇਬ ਦੀ ਪਾਈ ਜਿਵੇਂ ਮੇਰਾ ਰਾਮ ਪ੍ਰਭੂ ਕਿੱਛਦਾ ਗੈ ਜਿੱਦ ਲਿਜਾਂਦਾ ਉਦ ਮੈਂ ਜਾਂਦਾ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਖਮਾਰੇ ਜੀਵਰੀ ਜਹ ਖਿੰਚੈ ਤਹ ਜਾਓ ਕਿਉਂਕਿ ਜੋ ਬਣ ਗਿਆ ਉਸ ਮਾਲਕ ਦਾ ਤੇ ਮਾਲਕ ਵੀ ਉਸ ਦਾ ਹੈ ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀ ਆ ਤਨ ਧਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਦਾ ਗੁਰੂ ਨਾਨਕ ਹੀ ਉਹ ਦਾ ਹੈ ਸਦਾ ਤੇਰੇ ਗੋਵਿੰਦ ਗੋਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਆਗਾਈ ਆਉ ਖੀ ਗੋਵਿੰਦ ਗੋਸਾਈ ਅਸੀਂ ਸਦਾ ਹੀ ਤੇਰੇ ਚੇਰੇ ਤੇਰੀ ਚੱਕਰ ਖਾਮ ਚੱਕਰ ਗੋਵਿੰਦ ਕੇ ਤੇਰੇ ਚੱਕਰ ਖਾਂ ਤੇਰੇ ਦਰ ਦੇ ਹੂਕ ਕਰਾਂ ਤੇਰੀ ਕਿਰਪਾ ਤੇ ਸਾਡੀ ਬੁੱਧੀ ਲੋਕ ਪਰਲੋਕ ਦੇ ਸੁੱਖਾਂ ਤੋਂ ਇਤ੍ਰਿਪਤ ਹੋ ਗਈ ਸੁੱਖ ਨਹੀਂ ਚਾਹੁੰਦੀ ਕਿ ਲੋਕ ਦੇ ਪਰਲੋਕ ਦੇ ਸੁੱਖ ਮਿਲਣ ਪਰ ਇਹ ਚਾਹੁੰਦੀ ਹੀ ਨਹੀਂ ਕਿਉਂਕਿ ਤੇਰੀ ਬਖਸ਼ਿਸ਼ ਕਿਰਪਾ ਕੀ ਐਸੀ ਭੁੱਖ ਹੀ ਮਿਟ ਗਈ ਕਿਉਂਕਿ ਵੀਰੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵੱਡੀਆਂ ਨੇ ਜੋ ਮਨੁੱਖ ਦਿਨ ਰਾਤ ਪਦਾਲਤਾਂ ਵਿੱਚ ਲੋਚਦਾ ਹੈ ਸੁਖ ਭੋਗ ਰਸੋ ਮਿਟ ਜਾਂਦੇ ਨੇ ਜਦੋਂ ਉਸ ਦਾਤੇ ਪ੍ਰਭੂ ਦੀ ਨਦਰ ਹੋ ਜਾਵੇ ਤੁਮਰਾ ਦੀਆ ਪੈ ਨੋ ਖਾਈ ਤੋ ਪਰ ਸਾਧ ਪ੍ਰਭ ਸੁਖੀ ਵਲਾਈ ਹੀ ਮੇਰੇ ਪਰਵਦਗਾਰ ਜੋ ਤੂੰ ਦਿੱਤਾ ਹੈ ਅਸੀਂ ਤੇਰਾ ਦਿੱਤਾ ਖਾਂਦੇ ਹਾਂ ਲਾਭ ਸੰਤੋਖ ਕਰਕੇ ਖਾਂਦੀ ਪਹਿੰਦੇ ਹਾਂ ਕਿਉਂਕਿ ਜੋ ਸੰਤੋਖੀ ਬੰਦਾ ਹੈ ਉਸਦੀ ਪ੍ਰਭੂ ਦੀ ਬੜੀ ਦਿਆਲਤਾ ਹੈ ਚੁੰਨਕ ਰਖੀ ਜੀ ਹੋਏ ਨੇ ਸਤਜਗ ਦੇ ਜਗ ਵਿੱਚ ਜੋ ਘਣੇ ਜੰਗਲ ਵਿੱਚ ਰਹਿੰਦੇ ਸਨ ਐਸਾ ਸੰਤੋਖ ਕਈ ਦਿਨ ਗੁਜ਼ਰ ਗਏ ਕੁਝ ਅਨਜਲ ਨਾ ਮਿਲਿਆ ਪਰਵਾੜਾ ਕਿ ਇਸਤਰੀ ਹੈ ਪੁੱਤ ਦੁੱਖ ਨੋਹ ਪ੍ਰਾਣਾ ਦੀ ਰੱਖਿਆ ਲਈ ਕਦੋਂ ਚੱਲ ਪਏ ਅੜੀ ਬਾਦ ਕਈ ਦਿਨਾਂ ਦੀ ਪੈ ਰਹੀ ਸੀ ਕੁਝ ਦਾਣੇ ਉੱਚੀ ਢਾਵ ਤੋਂ ਮਿਲ ਗਏ ਉਹਨਾਂ ਦਾ ਸੂਤਰ ਬਣਾ ਲਿਆ ਪੰਜ ਵਤਨਾ ਚ ਪਾ ਲਈ ਬਣਾ ਕੇ ਵੇਰ ਬੈਠੀ ਅਰਦਾਸਾਂ ਕਰਦੇ ਨਹੀਂ ਕੋਈ ਪਰਮੇਸ਼ਰ ਦਾ ਭਗਤ ਉਸ ਦੇ ਵਿਤ ਪਹਿਲਾਂ ਸ਼ਿਕਾਇਤ ਪ੍ਰਭੂ ਦੇ ਨੇ ਮੈਂ ਤੇਰੀ ਆਪຊਕੀ ਤਰਲੂਕੀ ਦਾ ਮਾਲਕ ਆਪ ਇੱਕ ਬਜ਼ੁਰਗ ਬਾਬੇ ਦਾ ਰੂਪ ਧਾਰ ਕੇ ਆ ਗਿਆ ਆਇਆ ਕਹਿਣ ਲਗਾ ਮੈਨੂੰ ਬੜੀ ਭੁੱਖ ਲੱਗੀ ਸ਼ਿਕਾਇਤ ਫਿਰ ਆਖਿਆ ਭੁੱਖ ਮਿਟੀ ਨਹੀਂ ਚੁੰਡਕ ਰਿਖੀ ਜੀ ਨੇ ਆਪਣੇ ਵਾਲਾ ਵੀ ਵਰਤਨ ਦੇ ਦਿੱਤਾ ਸਾਰੀ ਪਰਵਾਹ ਨਹੀਂ ਦੀ ਦਿੱਤਾ ਪਰ ਕਿਸੇ ਦੀ ਮਨ ਵਿੱਚ ਇਹ ਨਹੀਂ ਆਇਆ ਸੀ ਕਿ ਇਹ ਕਿੰਨੇ ਦਿਨਾਂ ਦੀ ਭੁੱਖੇ ਖਾਂ ਬੜੀ ਪਸੰਗ ਚਿਤ ਨੇ ਛਕਾ ਕੇ ਪ੍ਰਭੂ ਅੰਤਰਜਾਮੀ ਅੰਤਰਜਾਮੀ ਕਦਣ ਖਾਲ ਤ ਲੋਕੀ ਦਾ ਮਾਲਕ ਪ੍ਰਤੱਖ ਪ੍ਰਗਟ ਹੋ ਗਏ ਕਹਿਣ ਲਗੇ ਭਗਵਾਨ ਪ੍ਰਭੂ ਸਾਰੀ ਪਰਵਾਰ ਨੇ ਮੱਥੇ ਟੇਕੇ ਅਸੀਂ ਤੁਹਾਡੇ ਤੇ ਬੜੇ ਪਸੰਦ ਖਾਂ ਚੁਣਕ ਰਖੀ ਜੀ ਤੇਰੀ ਪਰਵਾਰ ਤੇ ਵੀ ਤੇਰੇ ਤੇ ਮੰਗ ਜੋ ਇੱਛਾ ਹੈ ਐਸਾ ਸੰਤੋਖ ਤੁਹਾਡੇ ਵਿੱਚ ਤੁਹਾਡੇ ਪਰਵਾਰ ਵਿੱਚ ਚੁਣਕ ਰਖੀ ਜੀ ਕਹਿਣ ਲੱਗੇ ਭਗਵਾਨ ਤੁਹਾਡੇ ਦਰਸ਼ਨ ਹੋ ਗਏ ਸਭ ਕੁਝ ਮਿਲ ਗਿਆ ਬਿਚਾਰੇ ਪਦਾਰਥ ਵੱਡੀਆਂ ਬਖਸ਼ਿਸ਼ਾਂ ਪ੍ਰਭੂ ਨੇ ਕਰ ਦਿੱਤੀਆਂ ਪਰ ਮੰਗ ਕੋਈ ਨਹੀਂ ਮੰਗੀ ਉਹ ਕੈਸਾ ਮਾਲਕ ਜਿਹਨੂੰ ਸੰਤੋਖ ਬਖਸ਼ਦਾ ਹੈ ਜੋ ਸਤਗੁਰੂ ਪਾਤਸ਼ਾ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਵਚਨ ਕਹਿੰਦੇ ਨੇ ਤੁਮਰਾ ਦੀਆ ਪੈਨੋ ਖਾਈ ਤੋ ਵਰਸਾਦ ਪ੍ਰਭ ਸੁਖੀ ਬਲਾਈ ਕੀ ਮੇਰੇ ਵਾਹਿਗੁਰੂ ਜੋ ਤੂੰ ਦਿੱਤਾ ਸੋਈ ਸੀ ਜਥਾ ਲਾਭ ਸੰਤੋਖ ਕਰਕੇ ਖਾਂਦੇ ਤੇ ਪਹਿਨਦੇ ਖਾਂ ਕਿ ਮਿਹਰੀ ਪ੍ਰਭੂ ਨੇ ਵਕਸ਼ਿਆ ਹੈ ਤੇਰੀ ਕਿਰਪਾ ਕਰਕੇ ਆਦਵਲਾ ਅਵਸਥਾ ਸੁੱਖਾਂ ਵਿੱਚ ਭਤੀਤ ਕਰਦੇ ਖਾਂ ਤੇਰੀ ਰਜਾ ਵਿੱਚ પ્રસੰਨ ਖਾਂ ਸੋ ਕਰੇ ਜੀ ਤੇ ਸੇਰੇ ਜਾਏ ਕਿ ਤੂੰ ਕਰਦਾ ਤੇਰੀ ਰਜਾ ਖਾਂ ਮਾਨਤਾ ਨ ਅੰਤ ਰ ਤੁਜੈ ਤਾਈ ਤੂੰ ਮੇਰਾ ਲਵੈ ਲਾ ਕੋ ਲਾਈ ਤਨ ਤੇ ਮਨ ਹੀ ਮੇਰਾ ਹੀ ਗੁਰੂ ਤਨ ਮਨ ਦੇ ਅੰਦਰ ਅਸੀਂ ਤੈਨੂੰ ਹੀ ਜਪਦੇ ਹਾਂ ਤੈਨੂੰ ਹੀ ਤੇ ਆਉਂਦੇ ਹਾਂ ਤੇਰੀ ਇਜਾਦ ਚਿੰਤਨ ਵਿੱਚ ਜੁੜਦੇ ਹਾਂ ਤੇਰੀ ਸੰਬੀਪ ਦੂਜਾ ਕੋਈ ਨਹੀਂ ਲੱਗਦਾ ਤੇਦੇ ਤੁਲ ਕਿਸੇ ਨੂੰ ਨਹੀਂ ਜਾਣਦੇ ਕਿ ਮੇਰਾ ਮਾਲ ਵੇਰਾ ਸਤਗੁਰੂ ਸਭ ਤੋਂ ਵੱਡਾ ਹੈ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਿ ਮੇਰਾ ਮਾਲਕ ਵੱਡਾ ਹੈ ਜਿਸ ਦਾ ਮਾਲਕ ਵੱਡਾ ਅਧਾਰ ਖੋ ਗਏ ਉਹ ਬੇਮੋਹਤਾਜ ਹੋ ਕੇ ਵਿਚਰਦਾ ਕਿਉਂਕਿ ਭਰੋਸਾ ਹੈ ਮਾਲਕ ਤੇ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਕਿਉਂਕਿ ਭਰੋਸਾ ਪ੍ਰਤੀਤ ਕਿ ਮੇਰਾ ਮਾਲਕ ਵੱਡਾ ਹੈ ਉਹ ਰਖਦਾ ਵੀ ਹੈ ਜਿਸ ਨੇ ਟੀਕ ਮਾਲਕ ਤੇ ਰੱਖ ਲਈ ਕੋ ਨਾਨਕ ਨੇ ਤੇ ਐ ਵੈ ਧਾਈ ਗਤ ਹੋਵੇ ਸੰਤ ਹੈ ਲਗ ਪਾਈ ਅਸੀਂ ਨਿਤ ਏਸੀ ਪ੍ਰਕਾਰ ਚਿਤ ਵੇਖਾਂ ਖੇ ਵਾਹੇ ਗੁਰੂ ਤੈਨੂੰ ਤੇ ਆਉਂਦੇ ਹਾਂ ਉਹ ਚਾਣਾ ਵਿੱਚ ਲੱਗ ਕੇ ਮੁਕਤ ਹੁੰਦੀ ਜਿਨ੍ਹਾਂ ਨੇ ਤੇਰੇ ਚਹਨ ਪalse ਨੇ ਚਾਣਾ ਅਮਰਤ ਲਿਆ ਮੁਕਤੀ ਹੋ ਗਈ ਆਸਾ ਵਾਹਲਾ ਪੰਜੋ ਵਾ ਉਠਤ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰਿ ਗਾਈਐ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਪਿਆਰਿਓ ਉਠਤ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰਿ ਗਾਈਐ ਉੱਠਦੇ ਬੈਠਦੇ ਸੋਵਤੇ ਜਾਗਦੇ ਪਰਮੇਸ਼ਰ ਨੂੰ ਜਪੀ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੀਏ ਰਾਹ ਵਿੱਚ ਜਾ ਰਹੇ ਹਾਂ ਮਾਰਗ ਤੇ ਚੱਲ ਰਹੇ ਹਾਂ ਫਿਰ ਵੀ ਪਰਮੇਸ਼ਰ ਨੂੰ ਧਿਆਈਏ ਗਾਇਨ ਕਰੀਏ ਗੁਣ ਗਾਈਏ ਇਹ ਸਮਾ ਬੜਾ ਮੋਲਕ ਹੈ ਇਸ ਸਮੇ ਦਾ ਕੋਈ ਮੋਲ ਨਹੀਂ ਮਨੁਕ ਬੇਕੀਮਤੀ ਸਮਾਂ ਜੇ ਕੋਈ ਕੀਮਤ ਨਹੀਂ ਅਜਾਈਂ ਗਵਾ ਦਿੰਦਾ ਹੈ। ਵਾਦਤਾਵਾਂ ਗੱਲਾਂ ਵਿੱਚ ਜਿਨ੍ਹਾਂ ਦਾ ਕੋਈ ਅਲਤੀ ਹੀ ਨਹੀਂ। ਇਹ ਬੇਕੀਮਤੀ ਸਮਾਂ ਜੇ ਅਜਾਈਂ ਗਵਾ ਦਿੱਤਾ ਤੇ ਬਾਦਸ਼ਾਹ ਫਰਮਾਉਂਦੇ ਨਹੀਂ। ਉਹ ਸਮਾਂ ਬੇਕੀਮਤੀ ਸੀ ਜਦੋਂ ਦਰਗਾਹ ਵਿੱਚ ਨਿਰਣਾ ਹੋਵੇਗਾ। ਕਿ ਤੈਨੂੰ ਇਤਨਾ ਸਮਾਂ ਮਿਲਿਆ ਸੀ ਇਹ ਸਮਾਂ ਤਾਂ ਬੇਅਤ ਬਤੀਤ ਕੀਤਾ ਕੋਈ ਲਾਹਾ ਨਹੀਂ ਲਿਆ ਇਤਨਾ ਸਮਾਂ ਤੂੰ ਨਾਮ ਜਪਿਆ ਸੰਗਤ ਕੀਤੀ ਇਤਨਾ ਫਲਕ ਹੈ ਫਿਰ ਪਛਤਾਉਂਦਾ ਖੈ ਰੋਂਦਾ ਖੈ ਮੈਂ ਕਿਉਂ ਨਾ ਉਹ ਲਾਹਾ ਲਿਆ ਸਮਾਂ ਸੀ ਟਾਈਮ ਸੀ ਪਰ ਅਜਾਈ ਬਤੀਤ ਕਰ ਦਿੱਤਾ ਬਾਦਸ਼ਾਹ ਫਰਵਾਉਂਦੇ ਨਹੀਂ ਉਠ ਤੈ ਵੈਠ ਤ ਸੋਵ ਤ ਧਾਈ ਐ ਉਠਦੇ ਵੈਠਦੇ ਸੋਭਦੇ ਆ ਜਾਗਦੇ ਆ ਰਾਹ ਵਿੱਚ ਜਾਂਦੇ ਆ ਜਪ ਲੈ ਮਾਰਗ ਚਲ ਖਰੇ ਖਰ ਗਾਈ ਸਰਾਵਨ ਸੁਨੀ ਜੈ ਅਮਰਤ ਕਥਾ ਜਾਸ ਸੁਨੀ ਵਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲਥਾਉ ਸਰਵਨਾ ਕਰਕੇ ਇਨਾ ਕੰਨਾਂ ਨੂੰ ਸ਼ਰਧਾ ਦੇ ਕੰਨ ਬਣਾ ਪਰਮੇਸ਼ਰ ਦੀ ਅੰਮ੍ਰਿਤਮਈ ਕਥਾ ਨੂੰ ਸਰਵਣ ਕਰ ਜਿੱਥੋਂ ਤੈਨੂੰ ਸੋਝੀ ਗਿਆਨ ਮਿਲੇਗਾ ਜੇ ਕਿਵੇਂ ਜਗਤ ਵਿੱਚ ਵਿਚਰਨਾ ਕਿਵੇਂ ਮੇਰਾ ਜਨਮ ਸਫਲ ਹੋਵੇਗਾ ਕਿਉਂਕਿ ਬਾਣੀ ਤਦੋਂ ਸੱਚਖੰਡ ਵਿੱਚੋਂ ਆਈ ਹੈ ਇਹ ਬਾਣੀ ਕੈਸੀ ਮਿਲਣ ਦਾ ਮਾਰਗ ਹੈ ਪ੍ਰਭੂ ਦਾ ਇਹ ਰਸਤਾ ਬਤਾਇਆ ਹੈ ਕਿ ਤੂੰ ਮਿਲ ਸਕਦਾ ਹੈ ਬਾਬਾ ਜੀ ਨੇ ਦਸ਼ਟਾਂ ਦੇ ਕੇ ਸਮਝਾਉਣਾ ਜਿਵੇਂ ਕੋਈ ਚਵਾਰੇ ਤੇ ਖਲੋਤਾ ਹੈ ਕੋਈ ਮਿਲਣ ਆਇਆ ਵਾਹਿ ਜੀ ਤੀ ਕਿ ਪੌੜੀਆਂ ਚੜ ਕੇ ਉੱਪਰ ਆ ਜਾ ਬਦ ਨੂ ਪੌੜੀਆਂ ਨਹੀਂ ਲੱਭ ਰਹੀਆਂ ਸਨ ਫਿਰ ਬਾਣੀ ਕੀਤੀ ਅੰਦਰ ਪੌੜੀਆਂ ਦੇ ਅੰਦਰੋਂ ਦੀ ਚੜ ਕੇ ਆਇਆ ਇਹ ਮਿਲਣ ਦਾ ਮਾਰ ਆਪਾ ਜੀ ਦੀ ਬਖਸ਼ਿਸ਼ਾਂ ਕਰਦੀਆਂ ਅੱਖ ਅੱਖ ਦੇ ਗੁਰੂ ਨਾਨਕ ਹੈ ਜੇ ਬਾਣੀ ਨੂੰ ਸੁਣਾਗੇ ਬਾਣੀ ਨੂੰ ਗਾਵਾਂਗੇ ਬਾਣੀ ਦੇ ਸਿਧਾਂਤ ਤੇ ਚੱਲਾਂਗੇ ਮਿਲਾਂਗੇ ਉਸ ਤਰਲੋਕੀ ਦੇ ਮਾਲਕ ਨੂੰ ਕਿਉਂਕਿ ਸੱਚ ਖੰਡ ਵਿੱਚੋਂ ਇਹ ਬਾਣੀ ਆਈ ਜੋ ਬਾਣੀ ਨੂੰ ਸੁਣਦਾ ਬਾਣੀ ਨੂੰ ਗਾਉਂਦਾ ਉਸ ਦਾ ਵਾਸਾ ਵੀ ਸੱਚਖੰਡ ਵਿੱਚ ਪਾਤਸ਼ਾਹ ਫਰਮਾਉਂਦੇ ਨੇ ਸਰਵਨ ਸੁਣਿ ਜੇ ਅੰਮ੍ਰਿਤ ਕਥਾ ਸੁਣ ਘਾਲ ਕਥਾ ਉਹ ਤਾਰੀਮ ਹੈ ਇਸ ਕਥਾ ਨੂੰ ਸੁਣਿਆ ਜਨਮਾਂ ਜਨਵਤਾਂ ਦੀ ਮਲ ਕੱਟੀ ਜਾਂਦੀ ਹੈ ਜੇ ਸਰਵਣ ਕਰਾਂਗੇ ਮਨ ਨੂੰ ਆਨੰਦ ਹੁੰਦਾ ਫਿਰ ਦੁੱਖ ਰੋਗਾਂ ਦਾ ਸਮਦਾਈ ਮਨ ਤੀ ਨਿਵਿਰਤ ਹੋਇਆ ਕੀ ਜਾਣੋ ਜਾਸ ਸੁਣੀ ਮਨ ਹੋਏ ਆਨੰਦਾ ਦੁੱਖ ਰੋਗ ਮਨ ਸਗਲੇ ਲੱਥਾ ਸਾਰੀ ਲੈ ਜਾਂਦੇ ਨੇ ਕਾਰਜ ਕਾਮ ਬਾਟ ਘਾਟ ਜਪੀ ਜੈ ਗੁਰ ਪਰਸਾਦ ਘਰ ਅੰਮ੍ਰਿਤ ਪੀਜੈ ਬਾਦਸ਼ਾਹ ਇਹ ਵੀ ਪਰਵਾਉਂਦੇ ਨੇ ਕੋਈ ਵੱਡਾ ਕਾਰਜ ਕਰਨਾ ਉਤ ਸਭ ਸਮਾਨ ਕੰਮ ਰਸਤੇ ਵਿੱਚ ਨਦੀ ਦਾ ਤਟਖ ਹੈ ਪਾਰ ਕਰਨੀ ਹੈ ਨਦੀ ਸਦ ਬਸਤਾਨਾਂ ਵਿੱਚ ਅਕਾਲ ਪੁਰਖ ਦਾ ਨਾਮ ਜਪ ਗੁਰੂ ਦੀ ਕਿਰਪਾ ਫਿਰ ਕੈਸੀ ਬਖਸ਼ਿਸ਼ ਪਾਦਸ਼ਾਹ ਫਰਮਾਉਂਦੇ ਨੇ ਗੁਰਪਰਸਾਦ ਖਰ ਅੰਮ੍ਰਿਤ ਪੀਜੈ ਇਹ ਨਾਮ ਅਮਰਤ ਨੂੰ ਪਾਣ ਕਰ। ਕੈਸਾ ਨਾਮ? ਜਿਸ ਨਾਮ ਨੂੰ ਜਪਿਆ ਫਿਰ ਤਤੀਵਾ ਵੀ ਨਹੀਂ ਲੱਗੇਗੀ। ਤੇਰਾ ਕਾਦ ਜੀ ਵੀ ਨਿਰਵਿਗਨ ਪੂਰਨ ਹੋਵੇਗਾ। ਕਿਉਂਕਿ ਉਹ ਮਾਲਕ ਵੱਡਾ ਹੈ। ਬਡੀਆਂ ਬਖਸ਼ੀਸ਼ਾਂ ਦਾ ਦਾਤਾ ਹੈ। ਜੀ ਉਸ ਮਾਲਕ ਅੱਗੇ ਅਰਦਾਸ ਬੇਨਤੀ ਜੋਦੜੀ ਕਰਕੇ ਕਾਰਜ ਕਰੀਏ ਭਾਵੇਂ ਛੋਟਾ ਕਰ ਜੋ ਵੱਡਾ ਹੋ ਜਾਂਦਾ ਹੈ ਕਿਉਂਕਿ ਵੱਡੇ ਮਾਲਕ ਹੀ ਅੱਗੇ ਫਰਿਆਦ ਬੇਨਤੀ ਕੀਤੀ ਹੈ ਉਹ ਸੁਣਦਾ ਹੈ ਦੇਖਦਾ ਹੈ ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ ਦੇਨ ਸਰਨ ਘਰ ਕੀਰਤ ਨਗਾਈਐ ਸੋ ਜਨ ਜਮ ਕੀ ਵਾਟ ਨਾ ਪਾਈਐ ਰਾਉ ਦਿਨ ਪਰਮੇਸ਼ਰ ਮੇਰੇ ਵਾਹੇ ਗੁਰੂ ਦਾ ਕੀਰਤਨ ਗਾਈਏ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਰਸਨਾ ਕਰਕੇ ਕੀਤਿ ਦੂੰਗਾ ਜੋ ਜਮ ਦੇ ਰਸਤੇ ਵਿੱਚ ਨਹੀਂ ਪਵੇਗਾ ਜਮ ਤੇਰੇ ਨੇੜੇ ਵੀ ਨਹੀਂ ਆਵੇਗਾ ਸੋ ਜਨ ਜਮ ਕੀ ਬਾਟ ਨਾ ਪਾਈ ਹੈ ਕਿਉਂਕਿ ਰਸਤੇ ਹੀ ਨਹੀਂ ਮਾਰਗ ਨਹੀਂ ਜਦੋਂ ਆਪਾਂ ਬਿਲਤੂ ਹੋ ਕੇ ਜਾਣਾ ਵੇ ਜੰਗਦੂਤ ਉਹ ਦੇਵਗਣ ਲੈਣੇ ਆਉਂਦੇ ਨਹੀਂ ਜੈਸਾ ਮਨੁੱਖ ਵੈਸੀਆਂ ਸਜਾਵਾਂ ਨਹੀਂ ਵੇ ਜੰਗਦੂਤ ਹੀ ਆਉਂਦੇ ਨੇ ਭਿਆਨ ਸਹੂਲਤਾਵਾਲੇ ਉਹ ਸਜਾਵਾਂ ਦਿੰਦੇ ਲੈ ਕੇ ਜਾਂਦੇ ਨੇ ਕਿਸਾਂ ਤੋਂ ਫੜਦੇ ਨੇ ਮਹਲ ਦੇ ਘਟ ਤੇ ਵੇ ਰਸਤੇ ਵਿੱਚ ਘੋੜ ਨਦ ਪਰ ਜੋ ਪੁੰਨੀ ਹੈ ਨਾਮ ਜਪਣ ਵਾਲਾ ਦੇਵਗਣ ਆਉਂਦੇ ਹੀ ਨਹੀਂ ਵਿਵਾਨ ਵਿੱਚ ਬਠਾਲ ਕੇ ਲੈ ਕੇ ਜਾਂਦੇ ਨਹੀਂ ਬੜੇ ਸਤਕਾਰ ਨਾਲ ਕਿਐਸੀਆਂ ਬਖਸ਼ਿਸ਼ਾਂ ਰਾਜਸਾ ਫਰਮਾਉਂਦੇ ਹੀ ਨੇ ਡੈਨੋਸਰ ਐਨ ਖਾ ਦੇ ਕੀਰਤਨ ਗਾਈ ਐ ਜੇ ਗੁਣ ਗਾਵੇਂਗਾ ਕੀਰਤੀ ਗਾਵੇਂਗਾ ਤੇ ਜਮ੍ਹਾਂ ਦੇ ਰਸਤੇ ਮਾਰਗ ਵਿੱਚ ਨਹੀਂ ਭਾਵੇਂਗਾ ਸੋ ਜਨ ਜਮ ਕੀ ਵਾਟ ਨਾ ਪਾਈ ਆਠ ਪੈੜ ਜਿਸ ਵਿਸਰਹਿ ਨਾਹੀ ਗਤ ਹੋਵੈ ਨਾਨਕ ਤਿਸ ਲਗਵਾਈ ਜੇ ਤੂੰ ਅਠੇ ਪੈੜ ਅਕਾਲ ਪੁਰਖ ਦਾ ਨਾਮ ਨਹੀਂ ਭੁੱਲਦਾ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਜੂਸ ਦੀ ਭੈਤੀ ਦਰ ਵਿੱਚ ਰਹਿੰਦਾ ਹੈ ਤੇ ਚਰਨਾਂ ਵਿੱਚ ਲੱਗੇ ਆਂ ਬੁక్తి ਮਿਲਦੀ ਕਿਉਂਕਿ ਇਹ ਨਿਜਮ ਖੈ ਮਰਯਾਦਾ ਖੈ ਕਿ ਉਸ ਮਾਲਕ ਪ੍ਰਭੂ ਦਾ ਭੈ ਰੱਖਣਾ ਹੈ ਭੈ ਤੋਂ ਬਿਨਾਂ ਭਗਤੀ ਵੀ ਨਹੀਂ ਹੁੰਦੀ ਭੈ ਵਿੱਚ ਵੈਸਾ ਭੈ ਰ ਹੈ ਭੈ ਵਿੱਚ ਕਮਾਵੈ ਕਾਰ ਇੱਥੇ ਸੁਖ ਵਡਿਆਈਆਂ ਦਰਗਹ ਮੋਖਦਵਾ ਦਾਦਾ ਜੀ ਨੇ ਬਖਸ਼ਿਆ ਕਰਨੀਆਂ ਸੰਭਲ ਸੰਭਲ ਪਾਪ ਧਰਨਾ ਨਾਲੇ ਡਰਨਾ ਮੰਝਲ ਮਾਹੀ ਦੀ ਔਖੀ ਘਾਟੀ ਬੜੀ ਔਖੀ ਘਾਟੀ ਹੈ ਜੋ ਕਿਉਂ ਮਾਲਕ ਦੇਖਦਾ ਹੈ ਸੁਣਦਾ ਹੈ ਉਸ ਤੋਂ ਕੁਝ ਲੁਕਿਆ ਕੀ ਨਹੀਂ ਕੋਈ ਮੌਨਕਰ ਨਹੀਂ ਹੋ ਸਕਦਾ ਉਹ ਕੈਸਾ ਮਾਲਕ ਜਿਸ ਪਰਿਪੂਰਨ ਪ੍ਰਮਾਤਮਾ ਨੇ ਸੁੰਦਰ ਜਗਤ ਦੀ ਰਚਨਾ ਕੀਤੀ ਤੇ ਆਪ ਉਹ ਪਾਲਣਾ ਕਰਦਾ ਹੈ ਸਭਨਾ ਦੀ ਖਬਰ ਲੈਂਦਾ ਹੈ ਇੱਕ ਦੀ ਨਹੀਂ ਸਭਨਾ ਦੀ ਦਾਤਾ ਸਭਨਾ ਦਾ ਉਹ ਕੈਸਾ ਵਾਲਕ ਸਭਨਾ ਦੀ ਕਰਮ ਵੀ ਦੇਖਦਾ ਹੈ ਕਿ ਮਨੁੱਖ ਕੈਸੀ ਕਰਮ ਜਗਤ ਵਿੱਚ ਕਰਦੇ ਆ ਉਹ ਵੇਖਾ ਉਹ ਨ ਨ ਨ ਆਵੇ ਬਹੁਤਾ ਇਹੋ ਵਡਾਣ ਆਸਾ ਮਗਲਾ ਪੰਜਵਾ ਜਾ ਕੈ ਸਿਮਰਨ ਸੁਖ ਨਵਾਸ ਭਈ ਕਲਿਆਣ ਦੁਖ ਹੋਵਤ ਨਾਸ ਜਿਸ ਪਰਮੇਸ਼ਰ ਦਾ ਸਿਮਰਨ ਕਰਿਆ ਸਿਮਰੋ ਸਿਮਰ ਸਿਮਰ ਸੁਖ ਭਾਵੋ ਕਲ ਕਲੇਸ਼ ਤਨ ਵਾਹੇ ਮਟਾਓ ਦੁੱਖਾਂ ਵਿੱਚ ਨਵਾਸ ਹੋ ਜਾਂਦਾ ਹੈ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਬੁਗਤੀ ਮਿਲਦੀ ਹੈ ਉਹ ਦੁੱਖਾਂ ਦਾ ਨਾਸ ਆਨੰਦ ਕਰੋ ਪ੍ਰਭ ਕੇ ਗੁੰਦ ਗਾਵੋ ਸਤ ਗੁਰ ਆਪਣਾ ਸਦ ਸਦਾ ਮਨਾਵੋ ਆਓ ਕੀ ਪਿਆਰੇ ਪ੍ਰਭੂ ਦੇ ਗੁਨਾ ਨੂੰ ਗਾਇਨ ਕਰੋ ਗੁਣ ਗਾਵੋ ਗੁਰੂ ਨਾਨਕ ਦੇ ਆਪਣੇ ਸਤਿਗੁਰੂ ਨੂੰ ਮਨਾਵੋ ਤਸਨ ਕਰੋ ਪੂਜਨ ਕਰੋ ਆਪਣਾ ਗੁਰੂ ਤੇ ਆਓ ਆਪਣਾ ਗੁਰੂ ਤੇ ਆਏ ਬਿਲ ਕੁਸਲ ਛੇਤੀ ਕਰਿਆ ਆਪਣੇ ਗੁਰੂ ਨੂੰ ਤੇ ਆ ਤੂੰ ਗੁਰੂ ਆਲਾ ਤੇ ਖੁਸ਼ੀ ਆ ਤੇ ਆਨੰਦ ਘਰ ਦੇ ਵਿੱਚ ਕਿਉਂਕਿ ਤੇਰਾ ਗੁਰੂ ਕੈਸਾ ਹੈ ਜੋ ਆਪ ਜਗਤ ਦਾ ਮਾਲਕ ਹੈ ਆਪਮਾਨ ਨਿਰਗੁਣ ਤੋਂ ਸਦਗੁਣ ਦੇ ਰੂਪ ਵਿੱਚ ਆਪ ਆਇਆ ਹੈ ਜੋ ਜਗਤ ਦਾ ਸਿਰ ਜਿਹੜਾ ਖਾਦ ਸਮਰਥ ਗੁਰੂ ਕੈਸਾ ਜੋ ਵੀ ਮੰਗੇਗਾ ਉਹ ਮਿਲੇਗਾ ਪਾਤਸ਼ਾਹ ਫਰਮਾਉਂਦੇ ਹੀ ਨੇ ਗੁਰੂ ਦੇ ਗੁਣਾਂ ਦਾ ਨਾਮ ਨੂੰ ਜਪ ਪੂਜਨੇ ਕਾਲੇ ਫਿਰ ਆਨੰਦ ਖੇੜਾ ਖੁਸ਼ੀਆਂ ਸਤਗੁਰੇ ਆਪਣਾ ਸਦ ਸਦਾ ਮਨਾਵੋ ਪੂਜੋ ਸਤਗੁਰ ਕਾ ਸੱਚ ਸਬਦ ਕਮਾਵੋ ਤੇਰ ਕਾ ਦੇ ਬੈਠੇ ਪ੍ਰਭ ਆਪਣਾ ਪਾਵੋ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਪਿਆਰਿਓ ਜੋ ਸਤਗੁਰੂ ਦਾ ਸੱਚਾ ਉਪਦੇਸ਼ ਕਮਾਵੋਗੇ ਕੇ ਬਿਰੇ ਗੁਰੂ ਮੇਰੀ ਮੋਤਸ਼ਦਾਇ ਬਚਨ ਹੁਕਮ ਹੈ ਮੰਨਣਾ ਹੈ ਘਰ ਬੈਠੇ ਹੀ ਨਿਯਤਨ ਹੀ ਉਸ ਤੇ ਰੂਪ ਆਪਣੇ ਪ੍ਰਭੂ ਨੂੰ ਕਿਸ ਦੇ ਘਰ ਅੰਤਿਸ਼ ਕਰਨ ਵਿੱਚ ਹੀ ਪਾ ਲਵੋਗੇ ਵੈਸਾ ਹਾਲਤ ਹੈ ਕਿਉਂਕਿ ਤੂੰ ਗੁਰਬਚਨੀ ਹੈ ਗੁਰੂ ਦਾ ਬਚਨ ਮੰਨਿਆ ਗੈ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੀ ਕਾ ਮਹਿਲ ਪਾਈ ਸੀ ਹੁਕਮ ਮੰਨ ਸੁਖ ਪਾਇਆ ਪ੍ਰੀਮ ਸੁਹਾਗਣ ਹੋਏ ਕਿਉਂਕਿ ਹੁਕਮ ਦੇ ਵਿੱਚ ਵੱਡੀਆਂ ਬਖਸ਼ੀਸ਼ਾਂ ਨੇ। ਪਾਗ ਕਾ ਬੁਰਾ ਨਾ ਰੱਖੋ ਚਿਤ। ਤੋਮ ਕੋ ਦੁੱਖ ਨਹੀਂ ਭਾਈ ਮੀਤ। ਵਾਤਸਾ ਫਰਮਾਉਂਦੇ ਨਹੀਂ ਹੈ ਭਾਈ ਮਿੱਤਰ। ਜੋ ਤੂੰ ਪਰਾਇਆ ਬੁਰਾ ਚਿਤ ਵਿੱਚ ਨਹੀਂ ਰੱਖੇਗਾ। ਕਿਉਂਕਿ ਮਾਲਕ ਤਾਂ ਸਭਨਾ ਵਿੱਚ ਬੈਠਾ ਹੈ। ਉਹ ਦੇਖਦਾ ਵੀ ਹੈ ਸੁਣਦਾ ਵੀ ਹੈ ਤੇ ਤੇਰੇ ਹਿਰਦੇ ਵਿੱਚ ਕੀ ਚੱਲ ਰਿਹਾ ਉਸ ਤੋਂ ਕੁਝ ਲੁਕਿਆ ਛੁਪਿਆ ਹੁੰਦਾ ਕਲਗੀਧਰ ਮਹਾਰਾਜ ਜੀ ਦੇ ਪਾਵਨ ਬਚਨ ਨੇ ਸਤਿਗੁਰਾਂ ਦੇ ਘਟ ਘਟ ਕੇ ਅੰਤ ਤੱਕ ਜਾਨਤ ਭਲੇ ਬੁਰੇ ਕੀ ਪੀੜ ਪ੍ਰਛਾਣਤ ਘਟ ਘਟ ਦਾ ਜਾਣੀ ਜਾਣ ਬੇਦਾ ਪਾਤਸ਼ਾਹ ਪ੍ਰਭੂ ਜਾਣਦਾ ਹੈ ਤੇਰੀ ਘਟ ਵਿੱਚ ਕੀ ਚੱਲਦਾ ਉਹ ਐਸਾ ਮਾਲ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਵਾਬ ਨੂੰ ਕਹਿ ਦਿੱਤਾ ਸੀ ਨਵਾਜ ਸਾਹਿਬ ਤੁਹਾਡਾ ਮਨ ਹੀ ਨਵਾਜ ਵਿੱਚ ਨਹੀਂ ਸੀ ਕਾਬਲ ਕੰਧਾਰ ਫਿਰਦੇ ਅਸੀਂ ਕਾਜੀ ਦਾ ਮਨ ਵੀ ਘਰ ਗਿਆ ਸੀ ਇੱਥੇ ਨਹੀਂ ਸੀ ਕਿਸ ਨਾਲ ਨਵਾਜ ਪੜਦੇ ਕਿਉਂਕਿ ਮਨ ਹੀ ਨਹੀਂ ਉਹ ਮਾਲ ਖੇਦਦੇ ਦੀ ਜਾਣਦਾ ਉਹ ਕੈਸਾ ਮਾਲ ਬੈਠੇ ਹਾਂ ਸੰਗਤ ਵਿੱਚ ਇਹ ਮਨ ਵਿੱਚ ਕੀ ਚੱਲ ਰਿਹਾ ਉਹ ਤਾਂ ਜਾਣਦਾ ਹੈ ਉਹ ਦੇਖਦਾ ਹੈ ਸੁਣਦਾ ਹੈ ਉਸ ਤੋਂ ਕੁਝ ਲੁਕਿਆ ਨਹੀਂ ਹੈ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਪਦਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਏ ਭਾਈ ਬਿੱਤਰ ਜੋ ਤੂੰ ਪਰਾਇਆ ਬੁਰਾ ਕਿੱਤੇ ਵਿੱਚ ਨਹੀਂ ਰੱਖੇਗਾ ਤੋ ਤੈਨੂੰ ਵੀ ਦੁੱਖ ਤੇ ਬੁਰਾ ਨਹੀਂ ਤੇ ਰੱਖੋਗੇ ਕੋਈ ਸੋਚਦਾ ਸੋਚੇ ਪਰ ਤੂੰ ਨਾ ਰੱਖ ਉਹਦੇ ਮਨ ਵਿੱਚ ਵੀ ਦਇਆ ਆ ਜਾਵੇਗੀ ਕਿਉਂਕਿ ਤੇਰੇ ਮਨ ਵਿੱਚ ਬੁਰਾ ਸੁਭਾਅ ਨਹੀਂ ਜਿਵੇਂ ਇੱਕ ਪੁਰਸ਼ ਰੱਬ ਦੇ ਜਨ ਸੰਤਾਂ ਕੋਲ ਚੱਲਾਂ ਗਿਆ ਬڑے ਪਾਪ ਬੜੇ ਘਾਤ ਕੀਤੇ ਬੜੀ ਦੁਸ਼ਮਣੀ ਸੀ ਉਸ ਦੀ ਬਹਾਤਵਾਂ ਨੇ ਵਿਦੇਸ਼ ਦਿੱਤਾ ਭਲੇ ਆ ਹੁਣ ਤੂੰ ਇਹ ਕੰਮ ਛੱਡ ਦੇ ਬੜੇ ਪਾਪ ਤੂੰ ਕਰ ਚੁੱਕਾ ਪਰਮੇਸ਼ਰ ਦਾ ਨਾਮ ਜਪ ਮੂਲ ਮੰਤਰ ਦਾ ਜਾਪ ਕਰਿਆ ਕਰ ਗੁਰੂ ਆਲਾ ਬਣ ਜਾ ਬੇਨਤੀ ਕੀਤੀ ਵਾਹ ਬੋਲਛੋ ਜੇ ਮੈਂ ਛੱਡ ਦਿੱਤੇ ਉਮੈਨੂੰ ਮਾਰ ਦੇਣਗੇ ਦੁਸ਼ਮਣ ਮੇਰੇ ਵਾਹਿਤਵਾ ਕਹਿਣ ਲੱਗੇ ਸਾਡਾ ਬਚਨ ਤੂੰ ਸਤ ਕਰਕੇ ਮੰਨ ਲੈ ਉਹ ਵੀ ਸਭ ਠੀਕ ਹੋ ਜਾਵਣਗੇ ਤੈਨੂੰ ਕੋਈ ਕੁਝ ਨਹੀਂ ਕਰ ਸਕੇਗਾ ਤੂੰ ਨਾਮ ਜਪ ਸਾਡਾ ਬਚਨ ਮੰਨ ਉਹ ਜਗਿਆਸੂ ਗੁਰੂ ਆਲਾ ਬਣ ਗਿਆ ਨਾਮ ਜਪਣ ਲੱਗ ਗਿਆ ਜੋ ਦੁਸ਼ਮਣ ਸੰਗ ਉਸਦੇ ਉਹ ਵੀ ਮਿੱਤਰ ਬਣ ਗਏ ਉਹ ਵੀ ਸਾਧੂ ਮਹਾਤਮਾ ਦੀ ਛੰਡ ਵਿੱਚ ਆ ਗਏ ਕਿ ਅੱਜ ਤੋਂ ਅਸੀਂ ਵੀ ਦੁਸ਼ਮਣੀ ਛੱਡੀ ਕਿਉਂਕਿ ਉਹ ਮਾਲਕ ਵੱਡਾ ਹੈ ਤੋਂ ਮਨ ਵਿੱਚੋਂ ਕੱਢ ਦਿੱਤਾ ਕੋਈ ਵੈਰੀ ਹੈ ਹੀ ਨਹੀਂ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਉਹ ਆ ਜਾਂਦਾ ਹੈ ਸਤਿਗੁਰਾਂ ਦੇ ਪਾਵਨ ਬਚਨ ਨੇ ਵਿਸਰ ਗਈ ਸਭਤਾਤ ਪਰਾਇ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ 함 ਕੋ ਬਣਾਈ ਇਹ ਬਣਾਈ ਸੰਗਤ ਕਰਿਆ ਕਿਉਂਕਿ ਗੁਰੂ ਨਾਨਕ ਦਾ ਘਰ ਹੀ ਐਸਾ ਹੈ ਪਾਤਸ਼ਾਹ ਫਰਮਾਉਂਦੇ ਨੇ ਬਦ ਕਾ ਬੁਰਾ ਨਾ ਰੱਖ ਜੀ ਤੁਮ ਕੋ ਦੁੱਖ ਨਹੀਂ ਭਾਈ ਇਹ ਭਾਈ ਬਿਤਰਾ ਤੂੰ ਪਰਾਇਆ ਬੁਰਾ ਚਿੱਤ ਵਿੱਚ ਨਾ ਰੱਖੀ ਤੋ ਤਹੰਦੂ ਵੀ ਦੁਖ ਤੇ ਤੇਰਾ ਬੁਰਾ ਨਹੀਂ ਹੋਵੇਗਾ ਤੇਰਾ ਕੋਈ ਵਾਰ ਵੀ 빙ਾ ਨਹੀਂ ਕਹ ਸਕੇਗਾ ਕਿਉਂਕਿ ਤੇਰੇ ਮਨ ਵਿੱਚ ਹੈ ਹੀ ਨਹੀਂ ਪਰਾਏ ਦਾ ਪਤਾ ਖਾਦਾ ਖਾਦਾ ਤੰਤ ਮੰਤ ਗੁਰ ਦੀਨਾ ایਉ ਸੁਖ ਨਾਨਕ ਅਨ ਦੇਨ ਚੀਨੋ ਸਤ ਗੁਰੂ ਨੇ ਖਾਦੇ ਖਾਦੇ ਨਾਮ ਹੀ ਮੰਤਰ ਤੰਤਰ ਤੇ ਮੰਤਰ ਸਾਨੂੰ ਦਿੱਤਾ ਹੈ ਜਿੱਥੇ ਜੰਤਰ ਮੰਤਰ ਮੰਤਰ ਆਦੇ ਕੰਮ ਨਹੀਂ ਕਰਦੇ ਜਿਨ੍ਹਾਂ پاس ਪਰਮੇਸ਼ਰ ਦਾ ਨਾਮ ਤੰਤਰ ਮੰਤਰ ਹੈ ਇਸ ਸਦੋਂਮੀ ਮੰਤਰ ਹੈ ਗੁਜਰਾਤ ਦੀ ਇੱਕ ਵਿਥਿਆ ਹੈ ਇੱਕ ਐਸਾ ਹੀ ਵੇਕਤਾ ਦੀ ਸਾਧੂ ਸੀ ਬੜੇ ਜੰਤਰ ਮੰਤਰ ਤੰਤਰ ਜਾਣਦਾ ਸੀ ਜੋ ਕਿਸੇ ਨਹੀਂ ਆਉਣਾ ਉਸ ਨੂੰ ਆਵਾਜ਼ ਦੇਣੀ ਇਸ ਸੂਤਰ ਸੀ ਇੱਕ ਸੂਤ ਫੜਾਉਣਾ ਉਹ ਤਾਂਬੇ ਦੀ ਤਾਰ ਬਣ ਜਾਣੀ ਦਾ ਗळा ਕੱਟ ਦੇਣਾ ਸਈ ਇੱਕ ਰੱਬ ਦੇ ਜਨ ਗੋਸਿਕ ਦੋ ਜਾ ਰਹੇ ਸੀ ਉਹਨਾਂ ਨੂੰ ਪਤਾ ਵੀ ਸੀ ਉਹ ਜਾ ਰਖੇ ਨੇ ਆਵਾਜ਼ ਦਿੱਤੀ ਆ ਸੂਤਰ ਫੜੇ ਉਹ ਪਰ ਉਹ ਸੂਤਰ ਫੜਿਆ ਉਹਨਾਂ ਨੇ ਪਰ ਉਸਨੇ ਆਪਣਾ ਜੰਤਰ ਮੰਤਰ ਕੀਤਾ ਉਹ ਤਾਂਬੇ ਦੀ ਤਾਰ ਬਣੀ ਪਿੱਛੇ ਹੀ ਮੁੜ ਗਈ ਸਾਧੂ ਦੇ ਹੋਸ਼ ਹੋ ਗਏ ਡਿੱਗ ਪਿਆ ਕੁਝ ਸਮੇਂ ਬਾਅਦ ਹੋਸ਼ ਆਈ ਕਹਿਣ ਲੱਗਾ ਤੁਸੀਂ ਕਿਹੜਾ ਮੰਤਰ ਜਾਣਦੇ ਹੋ ਉਹ ਗੋਸੇ ਕਹਿਣ ਲੱਗੀ ਅਸੀਂ ਤਾਂ ਕੋਈ ਜੰਤਰ ਮੰਤਰ ਜਾਣਦੇ ਨਹੀਂ ਨਖੀ ਨਹੀਂ ਤੁਸੀਂ ਜਾਣਦੇ ਹੋ ਕਹਿਣ ਲੱਗੀ ਅਸੀਂ ਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ ਔਰ ਮੂਲ ਮੰਤਰ ਦੀ ਜਾਪ ਕਰਾਂ ਜਿੱਥੇ ਕੋਈ ਜੰਤਰ ਮੰਤਰ ਤੰਤਰ ਕੰਮ ਨਹੀਂ ਕਰਦਾ ਜਿਨ੍ਹਾਂ ਨੇ ਸਤਗੁਰੂ ਦੀ ਬਾਣੀ ਦੀ ਟੇਕ ਲਈ ਉੱਥੇ ਜੰਤ ਮੰਤ ਤੰਤ ਨਹੀਂ ਚੱਲਦੇ ਚੰਨਾ ਤੇ ਟਹਿਫੇ ਆ ਉਹ ਭੁੱਲ ਮੰਗੀ ਉਹ ਸਾਧੂ ਨੇ ਤੇ ਸਿੱਖਾਂ ਨੇ ਕਿਹਾ ਇਹ ਕੰਮ ਤੂੰ ਛੱਡ ਦੇ ਤੂੰ ਕਈ ਇੰਜ ਮਾਰੇ ਨਹੀਂ ਸਾਨੂੰ ਪਤਾ ਖੈ ਪਾਤਸ਼ਾ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜੀ ਇਹ ਬਚਨੇ ਕਹਿੰਦੇ ਨੇ ਹਾਜ਼ਾ ਖਾਜ਼ਾ ਤੰਤ ਮੰਤ ਗੁਰ ਦੀਨਾ ਸਤਗੁਰਾਂ ਨੇ ਆਪਾਂ ਨੂੰ ਨਾਮ ਕੀ ਤੰਤਰ ਮੰਤਰ ਦਿੱਤਾ ਹੈ ਇਹੋ ਸੁਖ ਨਾਨਕ ਅਨ ਦਿਨ ਚੀਨਾ ਅਸਾਂ ਦੇ ਰੋਹ ਦਿਨ ਇਹੀ ਸੁਖ ਜਾਣੇ ਆ ਆਸਾ ਵਗਲਾ ਪੰਜੋ ਦਾ ਜੈ ਸਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਂ ਕੁੰਟ ਮਾਦ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ ਪਿਆਰਿਓ ਜਿਸ ਨੀਚ ਨੂੰ ਕੋਈ ਜਾਣਦਾ ਵੀ ਨਾ ਹੋਵੇ ਜੇ ਉਹ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾਵੇ ਨਾਮ ਜਪਣ ਲੱਗ ਜਾਵੇ ਕਿਵੇਂ ਪੂਜਿਆ ਜਾਂਦਾ ਹੈ ਚੋਂ ਕੋਂਟਾਂ ਵਿੱਚੋਂ ਮੰਨਿਆ ਜਾਂਦਾ ਹੈ ਕੈਸੀ ਵਡਿਆਈ ਹੈ ਨਾਮ ਦੀ ਜਿਸ ਨੀਚ ਨੂੰ ਕੋਈ ਜਾਣਦਾ ਵੀ ਨਹੀਂ ਉਨੂੰ ਚੌਂ ਕੰਟਾਂ ਵਿੱਚ ਪੂਜਿਆ ਜਾਂਦਾ ਹੈ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਿਆਂ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਂ ਕੰਟ ਮਾਨੈ ਐਸਾ ਨਾਮ ਕਹਿ ਬਿਰੀ ਵਾਹਿਗੁਰੂ ਦਾ ਦਰਸ਼ਨ ਮਾਗੋਂ ਦੇ ਪਿਆਰੇ ਤੁਮਾਰੀ ਸੇਵਾ ਕੌਣ ਕੌਣ ਨਾਤਾ ਦੇ ਆਲਾ ਹੋ ਕੀ ਮੇਰੀ ਪਿਆਰੀ ਮੇਰੀ ਸਤਿਗੁਰੂ ਗਰੀਬਨ ਆਵਾਜ਼ ਮੈਂ ਆਪ ਦਾ ਦਰਸ਼ਨ ਮੰਗਦਾ ਹਾਂ ਸਤ ਮੈਨੂੰ ਦਰਸ਼ਨ ਦੇਵੋ ਦਰਸ਼ਨ ਪਿਆਸੀ ਦਿਨ ਰਾਤ ਚਿਤ ਬੋਹਨ ਦੇ ਦਿੰਦੀ ਦਰਸ਼ਨ ਦੀ ਅਵਲਖਾ ਤੇਰੀ ਸੇਵਾ ਨੇ ਕੌਣ ਕੌਣ ਸੇਵਕ ਨੀਤਾ ਦੇ ਜਿਨ੍ਹਾਂ ਨੇ ਤੇਰੀ ਸੇਵਾ ਕੀਤੀ ਤੂੰ ਤਾਰੇ ਆ ਜਿਨ੍ਹਾਂ ਨੇ ਤੇਰੇ ਦਰਦ ਦੀ ਤਹਿਲ ਕਮਾਈ ਉਹਨਾਂ ਦੀ ਘਾਲਣਾ ਅਜਾਈ ਨਹੀਂ ਗਈ ਪਤਤ ਪਾਵਨ ਹਰ ਵਿਦ ਸਦਾਈ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਤਿਲ ਦੀ ਘਾਲਣਾ ਵੀ ਕੀ ਮੇਰੇ ਸਤਿਗੁਰੂ ਤੋਂ ਥਾਂ ਪਉਂਦਾ ਤਾਰੇ ਆ ਉਮਰੀ ਸੇਵਾ ਕੌਣ ਕੌਣ ਨਾਤਾ ਰੇ ਜਾ ਕੈ ਦੇ ਕਿੱਟ ਨਾ ਆਵੇ ਕੋਈ ਸਗਲ ਸ੍ਰੇਟ ਉਹ ਆ ਕੇ ਚਰਨ ਮਲ ਧੋਈ ਪਾਤਸ਼ਾਹ ਫਮਾਉਂਦੇ ਨਹੀਂ ਜਿਸ ਦੇ ਪਾਸ ਕੋਈ ਨਹੀਂ ਆਉਂਦਾ ਤੇਰੀ ਕਿਰਪਾ ਹੋਣ ਤੇ ਕੈਸੀਆਂ ਬਖਸ਼ਿਸ਼ਾਂ ਉਸ ਜਨ ਤੇ ਹੋ ਜਾਂਦੀਆਂ ਭਗਤ ਭਗਤ ਜਗ ਵਜਿਆ ਚੋ ਚੱਕਾਂ ਦੀ ਵਿੱਚ ਚਮਰੇਟਾ ਵੱਜ ਗਿਆ ਭਗਤ ਦਾ ਵੀ ਦਾਸ ਮਹਾਰਾਜ ਉਹ ਰਾਜੇ ਮਹਾਰਾਜੇ ਚੜਨਾ ਦੀ ਭੋਰੀ ਬਣ ਗਏ ਦੇਖਾਂ ਭਗਤ ਹੋਏ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਜਗਤ ਪੂਜਦਾ ਹੈ ਚੜਨਾ ਅਮਰਤ ਲੈਂਦਾ ਹੈ ਜਾ ਕਹਿ ਨਿਗਟ ਨਾ ਆਵੇ ਕੁਝ ਨਾ ਦੀ ਕੋਈ ਦਿਗਟ ਢੁਕਦਾ ਵੀ ਨਹੀਂ ਸੀ ਤਾਂ ਜਦੋਂ ਮੇਰੇ ਵਾਹਿ ਗੁਰੂ ਦੀ ਕਿਰਪਾ ਵੇਖ ਲ ਹੋਗੀ ਸਾਦੀ ਸੇਟੀ ਉਸ ਦੇ ਚੜਨਾ ਤੋਂ ਮਲ-ਵਲ ਧੋਣੇ ਲੱਗ ਜਾਂਦੀ ਹੈ ਕਿ ਚੜਨ ਧੋਕੇ ਚੜਨਾ ਅੰਮ੍ਰਿਤ ਲਈਏ ਸਤਿਗੁਰੂ ਆਪ ਤਕੀਦ ਹੁਕਮ ਕਰਦੇ ਨੇ ਚਲਣ ਸਾਧ ਕੇ ਧੋਏ ਧੋਏ ਪੀਓ ਆਦਿ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਧ ਕਰੋ ਇਸ ਨਾਮ ਸਾਧ ਉਪਰ ਜਾਈਐ ਕੁਰਵਾ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਜੋ ਪ੍ਰਾਨੀ ਕਾ ਹੋ ਨ ਆਵਤ ਕਾਮ ਸੰਤ ਪਰ ਸਾਧ ਤਾਂ ਕੋ ਜਪੀਐ ਨਾਮ ਜੋ ਪ੍ਰਾਣੀ ਕਿਸੇ ਕੰਮ ਵਿੱਚ ਨਹੀਂ ਆਉਂਦਾ ਸੰਤਾਂ ਦੀ ਕਿਰਪਾ ਬਖਸ਼ਿਸ਼ ਕਿ ਤਿਸ ਦਾ ਨਾਮ ਜਪਿਆ ਜਾਂਦਾ ਹੈ ਕੈਸੀ ਕਿਰਪਾ ਰੱਬ ਦੇ ਜਨਾਂ ਦੀ ਕੈਸੀ ਬਖਸ਼ੀਸ਼ ਗੈਰ ਪਾਤਸ਼ਾਹ ਪਰਮਾਉਂਦੇ ਨੇ ਜੋ ਪ੍ਰਾਣੀ ਕਾਹੂ ਨਾ ਆਵਤ ਕਾਮ ਜੋ ਪ੍ਰਾਣੀ ਕਿਸੇ ਕੰਮ ਵਿੱਚ ਨਹੀਂ ਆਉਂਦਾ ਸੰਤਾਂ ਦੀ ਕਿਰਪਾ ਹੋ ਜਾਵੇ ਤਿਸ ਦਾ ਨਾਮ ਜਪਿਆ ਜਾਂਦਾ ਹੈ ਸਾਧ ਸੰਗ ਮਨ ਸੋਵਤ ਜਾਗ ਤਬ ਪ੍ਰਬੰਧ ਨਿਕ ਮੀਠੇ ਲਾਗੇ ਸਾਧੂਆਂ ਦੇ ਸੰਗ ਵਿੱਚ ਜਿਸ ਦਾ ਮਨ ਅਗਿਆਨ ਨੀਂਦਾਂ ਤੇ ਸੋਇਆ ਜਦ ਜਾਗਦਾ ਹੈ ਕਿਉਂਕਿ ਅਗਿਆਨ ਅਵਿਦਿਆ ਵਿੱਚ ਰਚਿਆ ਹੋਇਆ ਮਨ ਅਮੋਰ ਵਿੱਚ ਚਰਦਾ ਹੈ ਬਾਪਾਂ ਨੂੰ ਚਿਤਵਦਾ ਹੈ ਵਿਸ਼ਿਆਂ ਨੂੰ ਚਿਤਵਦਾ ਹੈ ਪਰ ਜਦੋਂ ਸਾਧੂ ਦਾ ਸੰਗ ਹੋਇਆ ਰੱਬ ਦੇ ਜਨਾਂ ਦੀ ਸੰਗਤ ਵਿੱਚ ਆਇਆ ਮਨ ਹੋਰ ਦਾ ਹੋਰ ਹੋ ਜਾਂਦਾ ਹੈ ਸੰਤ ਮੰਡਲ ਮੈਂ ਖਾਦ ਮਨ ਵਸੈ ਸੰਤ ਮੰਡਲ ਮੈਂ ਦੁਦਤ ਸਭ ਨਸੈ ਕੋਟੀ ਮਤ ਛੱਡ ਕੇ ਚਲੀ ਜਾਂਦੀ ਹੈ ਸੋ ਤੇ ਮਨ ਕਹਿੰਦਾ ਮਨਾ ਜਪਣਾ ਹੈ ਕਿਉਂਕਿ ਜਪਣ ਵਾਲੇ ਦੀ ਛਣ ਵਿੱਚ ਆਇਆ ਆ ਗਿਆ ਨਿਤਰਾ ਵਿੱਚ ਸੁੱਤਾ ਪਿਆ ਸੀ ਸੁੱਤਾ ਮਨ ਜਾਗ ਪਿਆ ਕਿ ਅੱਜ ਤੋਂ ਤਿਆਗ ਦਿੱਤੇ ਨੇ ਸਾਰੇ ਮਾੜੇ ਕੰਮ ਜਪਨਾ ਸਾਧ ਸੰਗ ਮਨ ਸੋਵਤ ਜਾਗੇ ਮਨ ਸੁੱਤਾ ਪਿਆ ਸੀ ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਸੁੱਤਾ ਮਨ ਜਾਗ ਪਿਆ ਪਰ ਆਪੂਰ ਬਲਾ ਕਰਮ ਬਣ ਆਇਆ ਉਹ ਕਰਮ ਅੱਗੇ ਆ ਗਿਆ ਉਹ ਮਨ ਅਬੋਧ ਸੀ ਉਹੀ ਮਨ ਪਰਮੇਸ਼ਰ ਦੀ ਯਾਦ ਵਿੱਚ ਜੜ ਗਿਆ ਕੈਸੀਆਂ ਬਖਸ਼ਿਸ਼ਾ ਭਗਤ ਕਵੀ ਜੀ ਦੇ ਬਚਨ ਵੀ ਨੇ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਕਿਉਂਕਿ ਸੰਗਤ ਦਾ ਬੜਾ ਅਸਰ ਹੈ ਜੇ ਮਨ ਸਤਪੁਰਸ਼ਾਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਆਇਆ ਉਹ ਮਨ ਜਪੇਗਾ ਆਮੋੜਾ ਹੋਇਆ ਮਨ ਪ੍ਰਭੂ ਦੇ ਸਨਮੁਖ ਹੋ ਜਾਵੇਗਾ ਭਗਤ ਕਵੀ ਜੀ ਦੇ ਪਾਵਨ ਬਚਨ ਨੇ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੀ ਜਾਈਐ ਭਾਗ ਦੂਰ ਦੀ ਲੰਘ ਜਾ ਮਨੁਮੁਖ ਸਾਖਤਾਂ ਦਾ ਸੰਗ ਨਾ ਕਰੇ ਸੰਗਕਾਰ ਗੁਰਮੁਖਾਂ ਦਾ ਰੱਬ ਦੇ ਜਨਾਂ ਦਾ ਸੁਤਾ ਮਨ ਜਿੱਥੋਂ ਜਾਗਦਾ ਖੈ ਤੋ ਸੋਜੀ ਮਿਲਣੀ ਹੈ ਤਬ ਪ੍ਰਭ ਨਾਨਕ ਮੀਠੇ ਲੱਗੇ। ਆ ਪ੍ਰਭੂ ਜੀ ਬੜੇ ਪਿਆਰੇ ਲੱਗਦੇ ਨੇ ਕਿਉਂਕਿ ਸਤ ਸੰਗੀ ਬਣ ਗਿਆ ਸੰਗ ਹੋਇਆ ਸਾਧੂਆਂ ਦਾ ਰੱਬ ਦੇ ਜਨਾਂ ਦਾ। ਸੰਗਤ ਕਰਿਆਂ ਫਿਰ ਅਗੋੜ ਮੰ ਸੱਚੀ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਲੱਗ ਜਾਂਦਾ ਹੈ। ਆਸਾ ਵਗਲਾਓ ਪੰਜੋ ਵਾ ਇਕ ਏਕੀ ਨੈ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਇਹ ਉਪਦੇਸ਼ ਦਿੱਤੇ ਨੇ ਪਿਆਰਿਓ ਇੱਕ ਅਦੁੱਤੀ ਪਰਮੇਸ਼ਰ ਵੀ ਦਾ ਪ੍ਰਭ ਪਰਮਾਤਮਾ ਇਨਾਂ ਨਿਤਰਾ ਨਾਲ ਦੇਖੋ ਸਦਾ ਤੇ ਨਾਨਕ ਸੋ ਅੱਖੀਆਂ ਬਿਆਨ ਜਿੰਨੀ ਦਸੰਦੋ ਮਾਂ ਮੇਰੀ ਉਹ ਅੱਖੀਆਂ ਖੋਦ ਨੇ ਕੈਸੀਆਂ ਅੱਖੀਆਂ ਜਿਨ੍ਹਾਂ ਅੱਖੀਆਂ ਇਹ ਨਿਤਰਾ ਨਾਲ ਉਸ ਦੇ ਦਦਾਦ ਹੁੰਦੇ ਨੇ ਏਕੋ ਵੇਖੀ ਨੈਣ ਨਿਹਾਰੋ ਇੱਕ ਅਦੁੱਤੀ ਰੂਪ ਨੂੰ ਦਿੱਤਾ ਕਰਕੇ ਦੇਖੋ ਉਹ ਕੈਸਾ ਮਾਲਕ ਹੈ ਜਿਵੇਂ ਗੁਰੂ ਅੰਗਦਦਾਸ ਮਹਾਰਾਜ ਜੀ ਫਰਮਾਉਂਦੇ ਨੇ ਇਹ ਨੇਤਰੋ ਮੇਰੇ ਉਹ ਹਲ ਤੋਂ ਮੈਂ ਜੋਤ ਧਰੀ ਅਤੋ ਮਹਿ ਜੋਤਰੀ ਖਰਬੇ ਨੇ ਅਵਰਨਾ ਦੇਖੋ ਕੋਈ ਖਰਬੇਦ ਅਵਰਨਾ ਦੇਖੋ ਕੋਈ ਨਦਰੀ ਖਦ ਨੇ ਖਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਗਦਕਾ ਰੂਪ ਹੈ ਹਦਦੂਪ ਦਦਰੀ ਆਇਆ ਜੋ ਸੰਸਾਰ ਤੂੰ ਜ਼ਹਿਰ ਵਤ ਦੇਖਦਾ ਇ ਤਾਂ ਹਰੀ ਦਾ ਰੂਪ ਹੈ ਸਭਨਾ ਵਿੱਚ ਬੈਠਾ ਭਾਈ ਕਨਈਆ ਜੀ ਨੇ ਦੇਖਿਆ ਕਹਿ ਦਿੱਤਾ ਕਲਗੀਧਰ ਮਹਾਰਾਜ ਸਤਗੁਰਾਂ ਦੇ ਝੜਨਾ ਵਿੱਚ ਆ ਗਏ ਜਦੋਂ ਸ਼ਿਕਾਇਤ ਹੋਈ ਗਰੀਬ ਨਵਾਜ਼ ਤੁਹਾਡੇ ਤੋਂ ਬਿਨਾ ਕੋਈ ਦੂਜਾ ਪਲਤੀਤ ਹੀ ਨਹੀਂ ਹੁੰਦਾ ਉਸੇ ਜਲ ਵਾਂਗੋਂ ਮੈਂ ਨਾ ਪਿਆਵਾਂ ਗਲਵਕੜੀ ਵੀ ਚ ਲੈ ਲਿਆ ਕਲਗੀਧਰ ਮਹਾਰਾਜ ਸਤਗੁਰੂ ਗੁਰਦੇਵ ਨੇ ਉਹ ਸਿੱਖਾਂ ਨੂੰ ਹੁਕਮ ਕੀਤਾ ਇਹਨਾਂ ਨੂੰ ਕੁਝ ਨਹੀਂ ਕਹਿਣਾ ਕੈਸੀਆਂ ਬਖਸ਼ਿਸ਼ਾਂ ਵੱਲੋਂ ਪਟੀ ਦਿੱਤੀ ਸਭ ਗੋ ਵਿੰਦ ਹੈ ਸਭ ਗੋ ਵਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਿਉਂਕਿ ਬ੍ਰਹਮ ਦੇ ਵਿੱਚ ਰਤੇ ਕੋਈ ਮਹਾਤਮਾ ਦੀ ਦ੍ਰਿਸ਼ਟੀ ਬ੍ਰਹਮ ਗਿਆਨੀ ਹੋ ਜਾਂਦਾ ਬ੍ਰਹਮ ਦ੍ਰਿਸ਼ਟੀ ਬ੍ਰਹਮ ਦੀ ਸਭ ਬ੍ਰਹਮ ਸੁਣੀ ਹੈ ਏਕ ਏਕ ਵਖਾਣੀ ਹੈ ਆਤਮਬਸਾ ਦਾ ਕਰਨ ਹਾਰਾ ਪਰ ਬਿਨਾ ਨਹੀਂ ਜਾਣੀ ਭਾਈ ਨੰਦ ਲਾਲ ਜੀ ਦੀ ਐਸੀ ਅਵਸਥਾ ਫਿਰ ਬਚਨ ਕਹੇ ਦਿੱਤੇ ਦੂਦਾਰ ਖੜਾ ਜਿਸਮ ਗੁਰ ਗੋਵਿੰਦ ਸਿੰਘ ਦੂਦਾਰ ਖੜਾ ਜਿਸਮ ਗੁਰ ਗੋਵਿੰਦ ਸਿੰਘ ਮੇਰੀ ਸਤਿਗੁਰੂ ਤੋਂ ਬਿਨਾ ਕੋਈ ਦੂਜਾ ਖੈ ਨਹੀਂ ਪਾਤਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ ਏਕੋ ਵੇਕੀ ਨੈਣ ਨਿਹਾਰੋ ਸਦਾ ਸਦਾ ਕਰੇ ਨਾਮ ਸੁਮਾਰੋ ਸਦਾ ਸਦੀਵੀ ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ ਉਸ ਦਾਤੀ ਪ੍ਰਭੂ ਨੂੰ ਜੋ ਸਭਨਾ ਵਿੱਚ ਬੈਠਾ ਹੈ ਆ ਰਾਮ ਰਾਮ ਰਾਮਾ ਗੁਣ ਗਾਵੋ ਸੰਤ ਪਰਤਾਪ ਸਾਧਕ ਸੰਗੇ ਘਰ ਘਰ ਨਾਮੁ ਧਿਆਵੋ રે ਆਉ ਇਹ ਭਾਈ ਮਨ ਤਨ ਬਾਣੀ ਕਰਕੇ ਰਾਮ ਦੇ ਗੁਣ ਗਾਵੋ ਸੰਤ ਜੋ ਪ੍ਰਤਾਪवान ਨੇ ਉੱਤਮ ਨੇ ਸਾਧ ਕਿਸ ਨੂੰ ਆਖਿਆ ਕੋਈ ਲਵਾਸ ਪਾਲਿਆ ਉਹ ਸਾਧ ਨਹੀਂ ਬਾਦਸ਼ਾਹ ਫਰਮਾਉਂਦੇ ਨਹੀਂ ਸਾਧ ਨਾਮ ਨਿਰਵਲਤਾ ਕੀ ਕਰਮ ਜਿਸ ਸਵਛ ਨਿਰਮਲ ਕਰਮ ਨੇ ਸਾਧਨਾ ਵਿੱਚ ਸੁਪੰਨ ਹੋਇਆ ਉਹ ਸਾਧ ਹੈ ਜੋ ਬਰੀਆਦਾ ਵਿੱਚ ਹੈ ਸਾਧ ਨਾਮ ਨਿਰਮਲਤਾ ਕੀ ਕਰੂੰ ਜੇ ਸਵੱਛ ਨਿਰਮਲ ਕਰਮ ਨੇ ਉਸ ਸਾਧ ਸਾਧਨਾ ਵਿੱਚ ਸਪੰਦ ਹੋ ਗਿਆ ਇਹ ਭਾਈ ਤਿਨਾਂ ਦੀ ਸੰਗ ਕਰਕੇ ਉਹਨਾਂ ਜਨਾਂ ਦਾ ਰੱਬ ਦੇ ਜਨਾਂ ਦਾ ਸੰਗ ਕਰਕੇ ਪਰਮੇਸ਼ਰ ਦਾ ਨਾਮ ਜਪ ਪਾਤਸ਼ਾਹ ਆਪ ਫਰਮਾਉਂਦੇ ਨੇ ਸੰਤ ਪ੍ਰਤਾਪ ਕਿਉਂਕਿ ਸੰਤਾਂ ਦਾ ਪ੍ਰਤਾਪ ਐਸਾ ਹੈ ਸੰਤਾਂ ਦੇ ਬਚਨ ਐਸੇ ਨੇ ਬਾਣੀ ਉੱਚਾ ਹੈ ਸਾਧ ਜਨ ਅੰਮਿਓ ਚੱਲ ਹੈ ਚਲਣੇ ਮਾਣੋ ਅਮਰਤ ਦੀ ਝੜਨੇ ਵਗਦੇ ਨਹੀਂ ਕਿਉਂਕਿ ਸਾਧੂ ਦੇ ਬਚਨ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰੇ ਸਾਧੂ ਦੇ ਬਚਨ ਅਟਲ ਹੁੰਦੇ ਨੇ ਉਸ ਸਮੇਂ ਨਾਲ ਪੂਰੀ ਹੋ ਜਾਂਦੇ ਨੇ ਸੰਤ ਪ੍ਰਤਾਪ ਸਾਧ ਕੈ ਸੰਗੇ ਹਰ ਘੜਾ ਨਾਮ ਧਿਆਵੋ ਰੇ ਸੰਗ ਕਰਕੇ ਨਾਮ ਜਪੋ ਸਗਲ ਸਮਗਰੀ ਜਾ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਪਾਤਸ਼ਾਹ ਫਮਾਉਂਦੇ ਨੇ ਸਗਲ ਸਮਗਰੀ ਜਾ ਕੈ ਸੂਤ ਪਰੋਈ ਸੰਸਾਰ ਰੂਪ ਇਹ ਜਗਤ ਸਗਲ ਸਮਗਰੀ ਇਹ ਸਤਾ ਰੂਪ ਸੂਤਰ ਵਿੱਚ ਪਰੋਈ ਹੋਈ ਜਿਵੇਂ ਸੂਤਰ ਵਿੱਚ ਬਣ ਕੇ ਬੜੀਆਂ ਆਦਿਕ ਪੜੋਂਦੇ ਹਾਂ ਇਹ ਜਗਤ ਸੰਸਾਰ ਵੀ ਇੱਕ ਸੂਤਰ ਰੂਪ ਵਿੱਚ ਪਰੋਇਆ ਭਾਵ ਖੁਕਮ ਰੂਪ ਸੂਤਰ ਵਿੱਚ ਸਾਰਾ ਜਗਤ ਹੈ ਆਪਾਂ ਆਜ਼ਾਦ ਨਹੀਂ ਹਾਂ ਸੁਤੰਤਰ ਨਹੀਂ ਹਾਂ ਪਤੰਤਰ ਹਾਂ ਉਸ ਪਰਮੇਸ਼ਰ ਮੇਰੀ ਵਾਂਗੇ ਗੁਰੂ ਦੇ ਅਧੀਨ ਹਾਂ ਪਾਤਸ਼ਾਹ ਦੇ ਬਚਨ ਵੀ ਨੇ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋਤਿ ਸੁਭਾਵੈ ਸੋਈ ਕਰਾਵੈ ਮਨੁੱਖ ਦੇ ਹੱਥ ਵਾਸਤ ਵਿੱਚ ਕੁਝ ਨਹੀਂ ਜੇ ਖੋਵੇ ਤਾਂ ਕੁਝ ਤੋਂ ਕੁਝ ਕਰ ਦਵੇ ਕਿਉਂਕਿ ਉਹ ਮਾਲ ਬੜਾ ਬੇਅੰਤ ਹੈ ਕਰਨ ਖਾਦ ਉਹ ਆਪ ਹੈ ਮਨੁੱਖ ਦੇ ਵਿੱਚ ਕੋਈ ਜੋਰ ਵਾਲ ਨਹੀਂ ਜੀ ਕਰ ਸਕੀ ਪਾਤਸ਼ਾਹ ਦੇ ਬੱਚੇ ਦੀ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋ ਜੀਵਨ ਵਿੱਚ ਵੀ ਜੋ ਨਿਵਣਾ ਵਿੱਚ ਵੀ ਜੋਦ ਨਹੀਂ ਕਿਉਂਕਿ ਕारण ਖਾਦੂ ਪਰੀਪੂਰਨ ਪਰਮਾਤਮਾ ਆਪ ਹੈ ਕੋਈ ਦੂਜਾ ਨਹੀਂ ਸਭ ਘਟਾਂ ਘਟਾਂ ਵਿੱਚ ਰਮਦੇ ਆਖੇ ਘਟ ਘਟ ਅੰਤਦ ਰਵਿਆ ਸੁ ਆਪ ਬੈਠਾ ਹੈ ਭਗਤਾਂ ਨੇ ਤਾਂ ਕਹਿ ਦਿੱਤੇ ਬਚਨ ਕਿ ਮੇਰਾ ਪ੍ਰਭੂ ਆਪ ਹੀ ਬੋਲਦਾ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹਨਾਂ ਨੇ ਦੇਖਿਆ ਕਹਿ ਦਿੱਤਾ ਕਿ ਦੂਜਾ ਪਾਸਿਆ ਕੀ ਨਹੀਂ ਓ ਪਤ ਪਰ ਲੋਖਿਨ ਬਹਿ ਕਰਤਾ ਆਪ ਅਲੇਪਾ ਤੇਰੇ ਗੁਣ ਰਹਤੋ ਉਪਤ ਰਚਨਾ ਵੀ ਉਤਪਰਲੀ ਵੀ ਰਚਨਾ ਤੇ ਨਾਸ ਇੱਕ ਖਿੰਨ ਪਲ ਵਿੱਚ ਕਰ ਦਿੰਦਾ ਹੈ ਮੇਰਾ ਵਾਹੀ ਗੁਰੂ ਕਿਹਸਾ ਮਾਲਕ ਹੈ ਖਿੰਨ ਵਿੱਚ ਰਚਨਾ ਖਿੰਨ ਵਿੱਚ ਨਾਸ ਪਦ ਲੋ ਆਪ ਨਿਰਗੁਣ ਪ੍ਰਮਾਤਮਾ ਅਲੇਪ ਰਹਿਦਾ ਹੈ ਐਸਾ ਦਾਤਾ ਕਰਦਾ ਆਪ ਹੀ ਸਭ ਕੁਝ ਹੈ ਆਪ ਅਲੇਪਾ ਤੇਰੇ ਗੁੰਨ ਰਹਿਤਾ ਕਿਉਂਕਿ ਉਸ ਦਾ ਕੋਈ ਭੇਤ ਨਹੀਂ ਨਿਰਗੁਣ ਵੀ ਆਪ ਸਦਗੁਣ ਵੀ ਆਪ ਉਤਿ ਰਜਾ ਵਿੱਚ ਹਾਂ ਜੋ ਕਰਨ ਖਾਦ ਮਾਲਕ ਕਰਦਾ ਉਹ ਹੁੰਦਾ ਹੈ ਹੋਣਾ ਵੀ ਓਹੀ ਜੋ ਸਦਾਤੇ ਨੂੰ ਪਾਉਂਦਾ ਹੈ ਸੋਈ ਹੋਵੇ ਜੇ ਕਰਤੇ ਭਾਵੈ ਹੋਣਾ ਵੀ ਉਹੀ ਜੋ ਉਸ ਕਰਤਾបុਦਖ ਨੂੰ ਪਾਉਂਦਾ ਉਹ ਆਪਣੇ ਆ ਜਨਾਂ ਦੀ ਪ੍ਰਤੀਗਿਆ ਪੈਜ ਰੱਖਦਾ ਹੈ ਜਿਹਾਂ ਸੇਵਕਾਂ ਦੀ ਕਦੇ ਖਾਸ ਨਹੀਂ ਹੁੰਦੀ ਜਿਤ ਹੁੰਦੀ ਹੈ ਜੋ ਕਿ ਉਹ ਮਾਲਕ ਆਦਤੋਂ ਆਪਣੇ ਆ ਜਨਾਂ ਦੀ ਪ੍ਰਤੀਗਿਆ ਪੈਜ ਰੱਖਦਾ ਆਖੈ ਕਾਰਨ ਕਰਾਵਨ ਅੰਤਰ ਜਾਮੀ आनंद ਕਰे नानक का स्वामी بادشاہ ਪਰਮਾਉਂਦੇ ਨੇ ਕਾਣ ਕਰਾਵਨ ਅੰਤਰ ਜਾਮੀ ਕਾਣੇ ਤੇ ਕ੍ਰਾਵਨ ਵਾਲਾ ਜੋ ਸਮਰੱਥ ਅੰਤਰ ਦਾ ਪ੍ਰੇਰਕ ਅੰਤਰ ਜਾਮੀ ਮੇਰਾ ਗੁਰੂ ਨਾਨਕ ਵਾਹੀ ਗੁਰੂ ਹੈ ਐਸਾ ਅੰਤਰ ਜਾਮੀ ਸਭ ਕੁਝ ਆਪ ਕਰਾਉਂਦਾ ਹੈ ਕੋਈ ਦੂਜਾ ਇੱਕ ਸਾਧੂ ਬਹਾਤਮਾ ਸੀ ਜੰਗਲ ਵਿੱਚ ਕੁਟਿਆ ਸੀ ਕਈ ਦਿਨ ਗੁਜ਼ਰ ਗਏ ਕੋਈ ਪ੍ਰਸ਼ਾਦ ਨਹੀਂ ਛਕਿਆ ਨਗਰ ਵਿੱਚ ਗਏ ਇੱਕ ਸੇਠ ਦੇ ਘਰ ਬੜੀਆਂ ਖੁਸ਼ੀਆਂ ਹੋ ਰਹੀਆਂ ਸੀ ਉਦਾਸ ਬਰਤ ਰਹੀ ਇਸਨ ਪਰ ਇੱਕ ਵਾਰ ਸਿੱਖ ਲੋਕ ਹੀ ਕਿਸੇ ਤੋਂ ਕੁਝ ਮੰਗਿਆ ਨਹੀਂ ਪਰ ਕਿਸੇ ਨੇ ਪੁੱਛਿਆ ਵੀ ਨਹੀਂ ਕਿ ਕੁਝ ਦੇ ਗਈਏ ਸਾਧੂ ਮਹਾਤਮਾ ਖਲੋਤੇ ਸੰਧਿਆ ਹੋਈ ਕੁਟੀਆਂ ਵਿਚ ਆ ਗਏ ਪ੍ਰਭੂ ਦੇ ਭੇਜੇ ਦੂਤ ਆਏ ਕਿ ਉਸ ਨਗਰ ਨੂੰ ਰਾਖ ਵਿੱਚ ਮਿਲਾ ਦਵੋ ਸਾਲਾਂ ਲੈ ਕੇ ਆ ਗਏ ਕਿ ਮਹਾਤਮਾ ਤੋਂ ਹੁਕਮ ਲੈ ਕੇ ਜਾਣ ਉਸ ਘਰ ਤੋਂ ਅਗਨੀ ਸ਼ੁਰੂ ਕਰਨੀ ਨਗਰ ਤੋਂ ਮਹਾਤਮਾ ਭੁੱਖੇ ਆਏ ਨੇ ਜਦੋਂ ਬਚਨ ਕੀਤੇ ਪੁੱਛਿਆ ਵਾਹ ਆਤਮਾ ਕਹਿ ਲਗੇ ਉਹਨਾਂ ਦਾ ਕੋਈ ਦੋਸ਼ ਨਹੀਂ ਸਾਡੇ ਕਰਮਾਂ ਵਿੱਚ ਪ੍ਰਭੂ ਨੇ ਲਿਖਿਆ ਹੀ ਨਹੀਂ ਸੀ ਉਹਨਾਂ ਵਿਚਾਰਿਆਂ ਦਾ ਕੀ ਦੋਸ਼ ਹੈ ਜੇ ਲਿਖਿਆ ਹੁੰਦਾ ਅਵਸ਼ਯ ਮਿਲਦਾ ਪ੍ਰਭੂ ਅੱਗੇ ਅਸੀਂ ਆ ਪ੍ਰਭੂ ਤੱਕ ਪ੍ਰਗਟ ਹੋਏ ਸਣ ਦੇ ਹੀ ਵਾਹ ਆਤਮਾ ਸੱਚਖੰਡ ਵਿੱਚ ਗਏ ਕਿਉਂਕਿ ਕਰਨ ਖਾ ਰੱਬ ਦੇ ਜੰਗ ਉਸ ਪਰਮੇਸ਼ਰ ਨੂੰ ਜਾਣਦੇ ਨਾ ਕੇ ਦੂਜਾ ਦੋਸ਼ ਨਹੀਂ ਦਿੰਦੇ ਕਿ ਕੰਡਖਾਰ ਮੇਰਾ ਮਾਲਕ ਹੈ ਆਪ ਹੈ ਕਰਨ ਕ੍ਰਾਵਣ ਅੰਤਰ ਜਾਮੀ ਕਿ ਕੰਨ ਤੇ ਕ੍ਰਾਵਣ ਵਾਲਾ ਆਪ ਹੀ ਹੈ ਕੋਈ ਦੂਜਾ ਨਹੀਂ ਉਹ ਅੰਤਰ ਦਾ ਪ੍ਰੇਰਕ ਸਭ ਕੁਝ ਦੇਖ ਰਿਹਾ ਹੈ ਜਾਣ ਰਿਹਾ ਹੈ ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ ਆਨੰਦ ਕਰੈ ਨਾਨਕ ਕਾ ਸੁਆਮੀ ਐਸਾ ਸਾਡਾ ਸੁਆਮੀ ਐਸਾ ਪਰਮੇਸ਼ਰ ਭਗਤਾਂ ਦਰਸ਼ਨ ਦੇ ਕੇ ਆਨੰਦ ਅਰ ਜਾਂਦਾ ਆਪ ਦਦਾਰੇ ਬਖਸ਼ਦਾ ਆਸਾ ਵਗਲਾ ਉਪੰਜੋਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਾਬ ਦੇ ਜੀਤੀ ਨਹੀਂ ਹਾਰੇ ਕਰੋੜ ਜਨਮਾਂ ਦੇ ਜੋ ਭਰਮਣ ਸੀ ਤੋ ਖਾਟ ਗਏ 84 ਤੋਂ ਛੁੱਟ ਗਏ ਹਾਂ ਕਿਵੇਂ ਛੁਟਕਾਰਾ 84 ਤੋਂ ਮੰਦੁਖ ਦੇ ਜੋ ਭਾਈ ਆਪਾਂ ਨੂੰ ਦਰਲੱਭ ਮਿਲੀ ਹੈ ਇਹ ਮਨੁੱਖਾ ਜਨਮ ਦਰਲੱਭ ਮਿਲਿਆ ਇਸ ਦਾ ਲਾਹਾ ਲੈ ਲਿਓ ਅਜਾਈ ਨਾ ਗਵਾ ਦਿਓ ਪਦਾਲਤਾ ਵਿੱਚ ਸੁੱਖਾਂ ਭੋਗਾਂ ਵਿੱਚ ਇਹ ਦੁਬਾਰਾ ਫਿਰ ਜਨਮ ਨਹੀਂ ਲੈਣ ਨਾਮ ਸਿਮਰਨ ਕਰਕੇ ਜਿੱਤ ਲਈ ਖਾਰੇ ਇਹ ਕਿਹਨਾਂ ਨੇ ਜਿੱਤੀ ਰੱਬ ਦੇ ਜਨਾਂ ਨੇ ਪਿਆਰਿਆਂ ਨੇ ਜੋ ਜਪਦੇ ਨੇ ਨਾਮ ਨੂੰ ਕੇ ਲਵੈਖ ਬਨਾਸੀ ਦੁਖ ਦਰਦ ਦੂਰ ਭਏ ਪਨੀਤ ਸੰਤਨ ਕੀ ਤੂਰੋ ਆਓ ਜਿਸੀ ਅਸੀਸ ਸੰਤਾਂ ਦੀ ਚਰਨ ਧੂੜੀ ਕਰਕੇ ਪਾਵਨ ਪਵਿੱਤਰ ਹੋ ਗਏ ਪਾਪ ਨਾਸ਼ ਹੋ ਗਏ ਜਨਮਨ ਦਾ ਦੁੱਖ ਦਰਦ ਈਰਖਾ ਆਦਿਕ ਵਿਕਾਰ ਦੂਤ ਹੋ ਗਏ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਤੋਰ ਸੰਜੋਗ ਪ੍ਰਭੂ ਦੇ ਜੋ ਸੰਤ ਨੇ ਰੱਬ ਦੇ ਪਿਆਰੇ ਸੋ ਸਭ ਜੀਵਾਂ ਦਾ ਉਧਾਰ ਕਰਨੇ ਜੋਗ ਨੇ ਜੋ ਛਣ ਵਿੱਚ ਆਉਂਦਾ ਰੱਬ ਦੇ ਸੰਤ ਤਾਜ ਦੇ ਨੇ ਬ੍ਰਹਮ ਗਿਆਨੀ ਪਾ ਦੀਓ ਬਕਾ ਦੀਓ ਮਾਖਾ ਇਹਨੂੰ ਆਦਤੋਂ ਪੁਰਪੁਨਾਂ ਦਾ ਸੰਜੋਗ ਤਿਸ ਨੂੰ ਰੱਬ ਦੇ ਜਨ ਮਿਲਦੇ ਨਹੀਂ ਮਨ ਅਨੰਦ ਮੰਤਰ ਗੁਰ ਦੀਆ ਤੇ ਸਨ ਬੂਧੀ ਮਨ ਦੇ ਚਲਤੀਆਂ ਜਦ ਗੁਰੂ ਨੇ ਉਪਦੇਸ਼ ਦਿੱਤਾ ਤਾਂ ਮਨ ਅਨੰਦ ਖੇੜੇ ਵਿੱਚ ਹੋ ਗਿਆ ਜੇ ਜਨਾਨ ਨਵਿਤ ਹੋਈ ਮਨ ਵੀ ਸਟਿਰਕ ਹੋ ਗਿਆ ਜੋ ਦਿਨ ਰਾਤ ਤਹਾਉਦਾ ਸੀ ਨਾਮ ਪਦਾਰਤ ਨੋ ਨਿੱਧ ਸਿੱਧ ਨਾਨਕ ਗੁਰ ਤੇ ਪਾਈ ਬੁੱਧੋ ਪਾਤਸ਼ਾਹ ਗੋਦੇਵ ਗੁਰੂ ਅਰਜਨ ਦੇ ਮਹਾਰਾਜ ਜੀ ਪਾਵਨ ਵਚਨ ਕਹਿੰਦੇ ਨੇ ਪਿਆਰਿਓ ਜਦ ਗੁਰੂ ਤੋਂਦਾਂ ਪਦਾਰਥ ਮਿਲਿਆ ਤਬ ਨੌ ਨਦ 18 ਸਿੱਧੀਆਂ ਉਤੋਂ ਬੁੱਧੀ ਸੁਤੀ ਪ੍ਰਾਪਤ ਹੋਗੀ ਗੁਰੂ ਨਾਨਕ ਦੇਵ ਜੀ ਕਿਰੋਂ ਇਹ ਬਖਸ਼ੀਸ਼ਾਂ ਮਿਲਦੀਆਂ ਨੇ ਸਤ ਗੁਰੂ ਦੀ ਅਪਦੇਸ਼ ਤੇ ਚੱਲੀਏ ਗੁਰ ਸ਼ਬਦ ਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪਉੜੀਆਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ ਕਿ ਅਚਉਤੇ ਪਾਦ